ਆਪਾਂ ਆਪ ਗਵਾ ਬੈਠਾ, ਆਪਣੱਤ ਤੋਂ ਬਾਹਰ ਚਲੇ ਗਿਆ। ਉਸਨੇ ਖਡਾਉਣ ਵਾਲੇ ਨੂੰ, ਦੁੱਧ ਪਿਆਉਣ ਵਾਲੇ ਨੂੰ ਮਾਰਿਆ ਡੰਗ ਤੇ ਉਹਦੇ ਪ੍ਰਾਣ ਨਿਕਲ ਗਏ। ਪਰ ਜੇ ਕਿਧਰੇ ਚੰਗਾ ਹੁੰਦਾ, ਜੇ ਕਿਧਰੇ ਉਹਨੂੰ ਸਮਝ ਆਉਂਦੀ, ਇਸ ਸੱਪ ਦੇ ਅੰਦਰ ਜ਼ਹਿਰ ਬਣ ਜਾਂਦੀ ਹੈ। ਆਹ ਜਿਹੜਾ ਸਪੇਰਾ ਬੀਨ ਵਜਾ ਕੇ ਕਿੰਨੇ ਕਿੰਨੇ ਸੱਪ ਚੁੱਕੀ ਫਿਰਦਾ, ਕੋਈ ਡੋਲਿਆਂ ਤੇ, ਕੋਈ ਉਹਨੇ ਮੋਢਿਆਂ ਤੇ, ਕੋਈ ਉਹਨੇ ਗਲ ਦੇ ਨਾਲ ਵਲੇਟਿਆ, ਉਹਦਾ ਉਹ ਤੇ ਨਹੀਂ ਮਰਦਾ। ਕਿਉਂਕਿ ਉਹਨੂੰ ਪਤਾ ਹੈ ਕਿ ਜਦੋਂ ਉਹਦੇ ਅੰਦਰ ਜ਼ਹਿਰ ਬਣਦੀ ਹੈ, ਉਹ ਜ਼ਹਿਰ ਉਸਦੀ ਕੱਢ ਦਿੰਦਾ ਹੈ। ਉਹਦੀ ਜ਼ਹਿਰ ਜਦੋਂ ਨਿਕਲ ਜਾਂਦੀ ਹੈ, ਉਹਨੂੰ ਸਭ ਕੁਝ ਵੀ ਨਹੀਂ ਕਹਿੰਦਾ, ਭਾਵੇਂ ਡੰਗ ਵੀ ਕਿਉਂ ਨਾ ਮਾਰੀ ਜਾਵੇ। ਕਹਿਣ ਤੋਂ ਭਾਵ ਹੈ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਮਾਇਆ ਮਾੜੀ ਨਹੀਂ। ਤੁਸੀਂ ਕਹੋਗੇ ਮਾਇਆ, ਮੈਂ ਕਹਾਂ ਕਿ ਮਾਇਆ ਮਾੜੀ ਹੈ। ਇਸ ਦੇ ਨਾਲੋਂ ਤੇ, ਇਸ ਤੋਂ ਬਿਨਾਂ ਤੇ ਸੰਸਾਰ ਹੀ ਨਹੀਂ ਚੱਲਦਾ। ਇਸ ਤੋਂ ਬਿਨਾਂ ਤੇ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਨਹੀਂ ਜਾ ਸਕਦੇ। ਮਾਇਆ ਮਾੜੀ ਨਹੀਂ ਹੈ, ਗੁਰੂ ਰੂਪ ਸਾਧ ਸੰਗਤ ਮਾਇਆ ਦੀ ਪਕੜ ਮਾੜੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਇਹਦੀ ਮਮਤਾ ਹੈ ਉਹ ਮਾੜੀ ਹੈ। ਮਾਇਆ ਮਮਤਾ ਮੋਹਣੀ, ਕਿਆ ਜਿਨ ਵਿਣ ਦੰਤਾ, ਇਹਦੇ ਕੋਈ ਦੰਦ ਦੁੰਦ ਨਹੀਂ, ਇਹਦਾ ਕੋਈ ਮੋਹ ਨਹੀਂ ਹੈ, ਇਹ ਸਮੋਲੋ ਹੀ ਨਿਕਲ ਜਾਂਦੀ ਹੈ। ਵਿਣ ਦੰਤਾ ਜਗ ਖਾਇਆ, ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਮੁੱਖ, ਜਿਹੜੇ ਆਪਣੇ ਮਨ ਨੂੰ ਮੁੱਖ ਰੱਖਦੇ ਨੇ ਉਹਨਾਂ ਨੂੰ ਤੇ ਖਾ ਗਈ। ਮਨ ਮੁੱਖ ਖਾਧੇ ਗੁਰਮੁਖ ਉਭਰੇ, ਉਭਰੇ ਤੋਂ ਭਾਵ ਹੈ ਉਹ ਇਸ ਦੇ ਚੁੰਗਲ ਤੋਂ ਵਿੱਚੋਂ ਬਚ ਜਾਂਦੇ ਨੇ, ਇਸ ਤੋਂ ਉਹ ਇਸ ਦੇ ਚੁੰਗਲ ਵਿੱਚ ਫਸਦੇ ਨਹੀਂ। ਮਨਮੁਖ ਖਾਧੇ ਗੁਰਮੁਖ ਉਭਰੇ, ਪਰ ਗੱਲ ਇੱਕ ਜੇ, ਜਿਨੀ ਸੱਚ ਨਾਮ ਚਿੱਤ ਲਾਏ, ਜਿਨੀ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਲਾ ਲਿਆ, ਮਾਇਆ ਤੇ ਉਹਨਾਂ ਦੇ ਮਗਰ ਮਗਰ ਵੀ ਤੁਰੀ ਫਿਰਦੀ ਹੈ, ਉਹ ਵੀ ਮਾਇਆ ਦੀ ਵਰਤੋਂ ਕਰਦੇ ਨੇ, ਪਰ ਉਹ ਮਾਇਆ ਦੀ ਪਕੜ ਨਹੀਂ, ਮਾਇਆ ਦੇ ਅੰਦਰ ਖਚਤ ਨਹੀਂ ਹੁੰਦੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਾਂ ਕੱਲ ਪੁਰਬ ਮਨਾਇਆ, ਪ੍ਰਕਾਸ਼ ਪੁਰਬ। ਸਾਨੂੰ ਇਹਦੇ ਕੋਲੋਂ ਸੇਧ ਕੀ ਮਿਲੀ, ਸਾਨੂੰ ਅੱਜ ਸਮਝ ਕੀ ਆਈ? ਭਗਤਾਂ ਦੀ ਬਾਣੀ ਵੀ ਕਹਿ ਰਹੀ ਹੈ, ਤਿੰਨ ਸੰਗ ਸੰਗ ਨਾ ਕੀ ਜਾਈ। ਹੁਣ ਵੇਖੋ ਤਿੰਨ ਵਾਰੀ ਸੰਗ ਆਇਆ, ਤਿੰਨ ਸੰਗ ਸੰਗ ਨਾ ਕੀ ਜਾਈ, ਨਾਨਕ ਜਿਨ੍ਹਾਂ ਆਪਣਾ ਸਵਾਓ। ਧਿਆਨ ਦਿਆ ਜੇ ਫਿਰ ਮੈਂ ਪੜ੍ਹੀ ਤੁਕ, ਤਿੰਨ ਸੰਗ ਸੰਗ ਨਾ ਕੀ ਜਾਈ, ਨਾਨਕ ਜਿਨ੍ਹਾਂ ਆਪਣਾ ਸਵਾਓ। ਗੁਰੂ ਸਾਹਿਬ ਜੀ ਕਹਿੰਦੇ ਨੇ ਤਿੰਨ ਸੰਗ ਸੰਗ ਨਾ ਕੀਜਈ, ਉਹਨਾਂ ਦਾ ਸੰਗ ਨਾ ਕਰੀ, ਸੰਗਤ ਵਿੱਚ ਆਈ ਜਿਹਨਾਂ ਆਪਣਾ ਸਵਾਓ। ਸਵਾਓ ਮੀਨਸ ਜਿਹੜੇ ਖੁਦ ਗਰਜ ਨੇ, ਜਿਹੜੇ ਮਤਲਬ ਪ੍ਰਸਤੀ ਨੇ, ਉਹਨਾਂ ਦਾ ਸੰਗ ਨਾ ਕਰ। ਤੂੰ ਸੰਗ ਕਿਹਦਾ ਕਰ? ਗੁਰੂ ਦਾ। ਹੁਣ ਸਾਕਤ ਦੇ ਅਰਥ ਜੇ ਕਰੀਏ, ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਵੀ ਹੈ, ਇੱਕ ਪਾਸੇ ਬਾਬਾ ਪਿਰਥੀ ਚੰਦ ਵੀ ਨੇ, ਉਹ ਸ਼ਕਤੀ ਦੇ ਉਪਾਸ਼ਕ ਨੇ। ਉਹ ਸ਼ਕਤੀ ਦੇ ਉਪਾਸ਼ਕ ਮੀਨਸ ਧੰਨ ਦੇ ਉਪਾਸ਼ਕ ਨੇ, ਧੰਨ ਦੇ ਨਾਲ ਪਿਆਰ ਕਰਦੇ ਨੇ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੇ ਬੋਲਾਂ ਨੂੰ ਪਗਾਉਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਵੀ ਉਹਨਾਂ ਦੇ ਪੁੱਤਰ ਗੁਰੂ ਰਾਮਦਾਸ ਜੀ ਦੇ ਨੇ, ਮਾਂ ਦੇਵ ਜੀ ਵੀ ਨੇ, ਤੇ ਉਹਨਾਂ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੇ। ਗੱਲ ਕੀ ਹੈ? ਉਹ ਸ਼ਕਤੀ ਦੇ ਉਪਾਸ਼ਕ ਬਣ ਗਏ, ਮਾਇਆ ਦੇ ਉਪਾਸ਼ਕ ਬਣ ਗਏ, ਉਸ ਦੇ ਨਾਲ ਪਿਆਰ ਕਰਨ ਲੱਗ ਪਏ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਦੀਨ ਦੁਨੀਆਂ ਦੇ ਮਾਲਕ ਦੇ ਨਾਲ ਪਿਆਰ ਕਰਦੇ ਨੇ। ਉਹ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹਿ ਰੈਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀ। ਉਹਨਾਂ ਦੇ ਅੰਦਰੋਂ ਇਹ ਸ਼ਬਦ ਨਿਕਲਦੇ ਨੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ, ਬਿਨਾਂ ਦੇ ਦੀਦਾਰ ਕੀਤਿਆਂ ਮੇਰੇ ਮਾਲਕ ਜੀ ਮੇਰੀ ਤੇ ਤ੍ਰਿਖਾ, ਮੇਰੇ ਤੇ ਪਿਆਸ, ਮੇਰੇ ਤੇ ਅੰਦਰ ਜਿਹੜੀ ਜਲਨ ਹੈ ਉਹ ਹੀ ਨਹੀਂ ਬੁੱਝਦੀ। ਕੱਲ ਆਪਾਂ ਸ਼ਬਦ ਪੜ੍ਹ ਰਹੇ ਸਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮਗਤ ਮੇਰੀ ਜਲਨ ਬੁੱਝੀ, ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ।
ਹੁਣ ਸਾਡੀ ਜਲਨ ਕਿਉਂ ਨਹੀਂ ਬੁਝੀ? ਸਾਡੇ ਅੰਦਰ ਤੇ ਉਹ ਅੱਗ ਲੱਗੀ ਹੋਈ ਹੈ, ਇੱਕ ਬਾਹਰ ਅੱਗ ਲੱਗਦੀ ਹੈ ਉਹ ਮਨੁੱਖ ਨੂੰ ਦਿਸਦੀ ਹੈ, ਪਰ ਇੱਕ ਅੰਦਰ ਅੱਗ ਲੱਗੀ ਹੈ ਉਹ ਮਨੁੱਖ ਨੂੰ ਦਿਸਦੀ ਨਹੀਂ, ਉਹ ਦਿਨੇ ਰਾਤ ਲੱਗੀ ਰਹਿੰਦੀ ਹੈ। ਇੱਕ ਅੱਗ ਪਾਣੀ ਦੇ ਨਾਲ ਵਧਾ ਦਿੱਤੀ ਜਾ ਸਕਦੀ ਹੈ ਜੋ ਦਿਸ ਰਹੀ ਹੈ, ਲੋਕ ਆ ਕੇ ਇਕੱਠੇ ਹੋ ਕੇ ਪਾਣੀ ਦੀਆਂ ਬਾਲਟੀਆਂ ਮਾਰਨਗੇ, ਉਸ ਅੱਗ ਨੂੰ ਵਧਾ ਦੇਣਗੇ। ਅੱਜ ਤੇ ਮਸ਼ੀਨੀ ਯੁੱਗ ਹੈ, ਗੱਡੀਆਂ ਆ ਜਾਂਦੀਆਂ ਨੇ ਅੱਗ ਬੁਝਾਉਣ ਵਾਲੀਆਂ, ਪਰ ਧਿਆਨ ਦਿਆ ਜੇ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਕੌਣ ਬੁਝਾਏਗਾ? ਕਿਹੜਾ ਪੜੋਸੀ ਆਏਗਾ? ਕਿਹੜਾ ਪਰਿਵਾਰ ਦਾ ਮੈਂਬਰ ਆਏਗਾ? ਜਿਹੜੀ ਅੰਦਰ ਅੱਗ ਲੱਗੀ ਹੋਈ ਹੈ ਉਸਨੂੰ ਕੋਈ ਬੁਝਾਏ? ਇਹ ਅੱਗ ਜਿਹੜੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ, ਗੁਰੂ ਦੀ ਬਾਣੀ ਸੁਣ ਸੁਣ ਹੋਵੇ, ਜਦੋਂ ਕੰਨਾਂ ਦੇ ਰਾਹੀਂ ਅੰਦਰ ਜਾਏਗੀ ਫਿਰ ਜਲਨ ਬੁਝੀ, ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਉਹ ਬੁਝ ਜਾਏਗੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਮਨ ਜਿਹੜਾ ਮਨੁਆ ਇਹ ਠੰਡਾ ਹੋ ਜਾਏਗਾ, ਸ਼ਾਂਤ ਹੋ ਜਾਏਗਾ। ਕਿਵੇਂ? ਸਤਿਗੁਰ ਕਾ ਦਰਸ਼ਨ ਪਾਏ ਜੀਉ, ਜਦੋਂ ਆਪਣੇ ਵਜੂਦ ਦੇ ਨਾਲ ਜੁੜ ਜਾਏਗਾ। ਸਾਕਤ ਕਹਿੰਦੇ ਨੇ ਟੁੱਟਿਆ ਹੋਇਆ ਕੋਲੇ ਨੂੰ ਅੱਗ ਦੇ ਵਿੱਚੋਂ ਕੱਢ ਕੇ ਬਾਹਰ ਰੱਖ ਦਿਓ, ਚੁੱਲ੍ਹੇ ਦੇ ਵਿੱਚ ਕੋਲਾ ਬਲ ਰਿਹਾ ਹੈ, ਬੜਾ ਲਾਲ ਸੂਆ ਹੈ, ਜਦੋਂ ਉਹਨੂੰ ਚੁੱਲ੍ਹੇ ਤੋਂ ਬਾਹਰ ਕੱਢ ਕੇ ਰੱਖ ਦਿਓਗੇ ਉਹ ਲਾਲ ਸੂਆ ਕੋਲਾ ਜਿਹੜਾ ਕਾਲਾ ਹੋ ਜਾਏਗਾ। ਉਸ ਹੁਣ ਕੋਲੇ ਨੂੰ ਪਾਣੀ ਨਾਲ ਧੋਵੋ, ਦੁੱਧ ਦੇ ਨਾਲ ਧੋਵੋ, ਦਹੀਂ ਦੇ ਨਾਲ ਧੋਵੋ, ਤੇ ਕਹੀਏ ਵੀ ਦਹੀਂ ਨਾਲ ਧੋਣ ਦੇ ਨਾਲ ਕੋਲਾ ਲਾਲ ਸੂਆ ਹੋ ਜਾਏ। ਜਿਹੜਾ ਇਹਦਾ ਨੈਚੁਰਲ ਰੰਗ ਸੀ ਚੁੱਲ੍ਹੇ ਦੇ ਵਿੱਚ ਪਿਆ ਹੋਇਆ ਉਹੀ ਰੰਗ ਬਣ ਜਾਏ, ਕਦੇ ਬਣ ਨਹੀਂ ਸਕਦਾ ਉਵੇਂ ਜਿਹਾ ਰੰਗ ਉਹਦੇ ਉੱਤੇ ਆਏਗਾ ਨਹੀਂ। ਕਿਉਂ ਨਹੀਂ ਆਏਗਾ? ਦੁੱਧ ਦੇ ਨਾਲ ਧੋਤਾ ਗਿਆ, ਦਹੀਂ ਨਾਲ ਧੋਤਾ ਗਿਆ, ਕਈ ਪ੍ਰਕਾਰ ਦੇ ਨਾਲ ਉਸਨੂੰ ਮਲਮਲ ਕੇ ਧੋਤਾ ਗਿਆ ਪਰ ਰੰਗ ਨਾ ਆਇਆ। ਕਿਸੇ ਸਿਆਣੇ ਨੇ ਕਿਹਾ ਵੀ ਇਹ ਕੀ ਕਰਦਾ ਹੈ? ਕਹਿੰਦਾ ਵੀ ਰੰਗ ਇਹਦਾ ਮੈਂ ਲਾਲ ਸੂਆ ਕਰਨਾ ਹੈ, ਚਿੱਟਾ ਸ਼ਫੈਦ ਇਹਨੂੰ ਮੈਂ ਬਣਾਉਣਾ ਹੈ, ਤਾਂ ਮੈਂ ਦੁੱਧ ਦਹੀਂ ਨਾਲ ਇਹਨੂੰ ਧੋ ਰਿਹਾ। ਉਹ ਸਿਆਣੇ ਨੇ ਕਿਹਾ ਇਹਨੇ ਇਸ ਤਰ੍ਹਾਂ ਨਹੀਂ ਚਿੱਟਾ ਸ਼ਫੈਦ ਹੋਣਾ, ਇਵੇਂ ਜੇ ਇਸਨੇ ਲਾਲ ਸੂਏ ਰੰਗ ਵਿੱਚ ਨਹੀਂ ਆਉਣਾ। ਕਹਿੰਦਾ ਕਿਵੇਂ ਆਏਗਾ? ਕਹਿੰਦਾ ਇਹ ਆਪਣੇ ਵਜੂਦ ਨਾਲ ਟੁੱਟ ਗਿਆ ਈ, ਆਪਣੇ ਅਸੇ ਨਾਲੋਂ ਟੁੱਟਾ ਪਿਆ ਏ। ਜੇ ਇਹਦਾ ਉਹ ਰੰਗ ਵੇਖਣਾ ਚਾਹੁੰਦਾ ਤੇ ਇਹਨੂੰ ਮੁੜ ਕੇ ਫਿਰ ਰੱਖ ਚੁੱਲ੍ਹੇ ਦੇ ਵਿੱਚ, ਫਿਰ ਵੇਖ ਇਹਦਾ ਰੰਗ ਕਿਵੇਂ ਜਿਹਾ ਹੁੰਦਾ ਜਿਵੇਂ ਚੁੱਲ੍ਹੇ ਵਿੱਚ ਰੱਖਿਆ ਉਹਦਾ ਲਾਲ ਸੁਆ ਰੰਗ ਹੋ ਗਿਆ। ਗੱਲ ਆ ਜੇ ਅਸੀਂ ਆਪਣੇ ਵਜੂਦ ਦੇ ਨਾਲੋਂ ਟੁੱਟ ਚੁੱਕੇ ਹਾਂ, ਤੇ ਮੇਰੇ ਸਤਿਗੁਰੂ ਜੀ ਭਗਤ ਕਬੀਰ ਜੀ ਵੀ ਇਹ ਕਹਿ ਰਹੇ ਨੇ ਇਹ ਮਨੁੱਖ ਜਿਹੜਾ ਟੁੱਟ ਗਿਆ ਹੈ ਉਹਦੀ ਹਾਲਤ ਕੋਲੇ ਵਰਗੀ ਹੋ ਗਈ। ਬ੍ਰਿਸ਼ ਦੇ ਨਾਲ ਬਹੁਤ ਸਾਰੇ ਟਾਹਣੀ ਦੇ ਨਾਲ ਫਲ ਲੱਗੇ ਹੋਏ ਨੇ, ਸਾਕਤ ਟੁੱਟੇ ਦੀ ਗੱਲ ਮੈਂ ਕਰ ਰਿਹਾ, ਬਹੁਤ ਸਾਰੇ ਫਲ ਲੱਗੇ ਹੋਏ ਨੇ, ਪਰ ਸਾਰਿਆਂ ਫਲਾਂ ਦੇ ਵਿੱਚ ਰਸ ਭਰ ਗਿਆ। ਅੰਬਾਂ ਨੂੰ ਬੋਰ ਪਿਆ, ਪਹਿਲਾਂ ਕੁੜੱਤਣ ਆਈ, ਖਟਾਸ ਆਈ, ਹੁਣ ਮਿਠਾਸ ਆ ਗਈ ਹੈ, ਪਰ ਉਸੇ ਟਾਹਣੀ ਦੇ ਨਾਲ ਇੱਕ ਫਲ ਹੋਰ ਲੱਗਾ ਏ, ਨਾ ਉਹਦੇ ਵਿੱਚ ਖਟਾਸ ਤੇ ਨਾ ਮਿਠਾਸ ਆਈ ਹੈ, ਉਹਦੇ ਵਿੱਚ ਤੇ ਕੌੜਾ ਪਨ ਭਰਿਆ ਪਿਆ। ਟਾਹਣੀ ਇੱਕ ਹੈ, ਬ੍ਰਿਸ਼ ਇੱਕ ਹੈ, ਪਰ ਇੱਕ ਦੇ ਵਿੱਚ ਜ਼ਹਿਰ, ਇੱਕ ਵਿੱਚ ਮਿਠਾਸ, ਲਾਗੋ ਲਾਗੀ ਲੱਗੇ ਹੋਏ ਨੇ। ਸਾਧ ਸੰਗਤ ਇਹਦਾ ਕੀ ਅਰਥ ਹੋ ਸਕਦਾ? ਧਿਆਨ ਦਿਆ ਜੇ ਉਹ ਛਿਲਕੇ ਕਰਕੇ ਇੱਕ ਫਲ ਜਿਹੜਾ ਜੁੜਿਆ ਦਿਸਦਾ ਏ, ਪਰ ਅੰਦਰੋਂ ਜ਼ਰੂਰ ਉਹ ਟੁੱਟ ਚੁੱਕਾ ਹੈ। ਜਿਹੜਾ ਛਿਲਕੇ ਕਰਕੇ ਫਲ ਜੁੜਿਆ ਦਿਸਦਾ ਹੈ ਪਰ ਅੰਦਰੋਂ ਟੁੱਟਿਆ ਹੈ, ਉਹਦੇ ਵਿੱਚ ਨਾ ਖਟਾਸ ਆਏਗੀ, ਨਾ ਮਿਠਾਸ ਆਏਗੀ, ਨਾ ਹੀ ਉਹਦੇ ਵਿੱਚ ਰਸ ਆਏਗਾ, ਪਰ ਜਿਹੜਾ ਅੰਦਰੋਂ ਤੇ ਬਾਹਰੋਂ ਜੁੜਿਆ ਦਿਸਦਾ ਹੈ ਨਾ, ਉਹਦੇ ਵਿੱਚ ਖਟਾਸ ਮਿਠਾਸ ਵੀ ਆ ਜਾਏਗੀ, ਤੇ ਇੱਕ ਵਾਰੀ ਉਹਦੇ ਵਿੱਚ ਅੰਮ੍ਰਿਤ ਵਰਗੀ ਮਿਠਾਸ ਭਰ ਜਾਏਗੀ। ਜਿਵੇਂ ਅੰਬ ਤੋੜ ਕੇ, ਫਰੂਟ ਤੋੜ ਕੇ ਆਪਾਂ ਆਪਣੇ ਮੁੱਖ ਵਿੱਚ ਪਾਈਏ ਤੇ ਮਿਠਾਸ ਨਾਲ ਮੂੰਹ ਭਰ ਜਾਂਦਾ ਹੈ, ਤੇ ਕਹਿੰਦੇ ਆ ਬੜਾ ਹੀ ਆਨੰਦ ਆਇਆ। ਪਰ ਉਸੇ ਟਾਹਣੀ ਦੇ ਨਾਲ ਉਹ ਜਿਹੜਾ ਅੰਦਰੋਂ ਟੁੱਟ ਚੁੱਕਾ ਹੈ, ਬਾਹਰੋਂ ਜੁੜਿਆ ਦਿਸਦਾ ਹੈ, ਉਹਨੂੰ ਮਾਰੋਗੇ ਦੰਦੀ ਤੇ ਉਹਦੇ ਵਿੱਚੋਂ ਜ਼ਹਿਰ ਤੁਹਾਨੂੰ ਮਿਊਂ ਕੌੜਾ ਹੋ ਜਾਏਗਾ। ਗੱਲ ਹੈ ਇੱਕੋ ਟਾਹਣੀ ਨਾਲ ਲੱਗਿਆਂ ਦੀ, ਗੱਲ ਹੈ ਬਾਹਰ ਤੇ ਅੰਦਰੋਂ। ਕਈ ਬਾਹਰੋਂ ਵਿਖਾਵਾ ਬਣਾ ਛੱਡਦੇ ਨੇ ਕਿ ਅਸੀਂ ਬੜੇ ਜੁੜੇ ਹੋਏ ਹਾਂ। ਮੇਰੇ ਮਾਲਕ ਜੀ ਕਹਿੰਦੇ ਨੇ ਲੱਖ ਸ਼ਿੰਗਾਰ ਬਣਾਇਆ,
ਕਾਰਜ ਨਹੀਂ ਕੇਤ। ਦੁਨੀਆਂ ਨੂੰ ਭਰਮਾਉਣ ਦੇ ਵਾਸਤੇ ਬਾਹਰੋਂ ਲਿਬਾਸ ਪਾ ਲਿਆ, ਬਾਹਰੋਂ ਭਗਵੇ ਕੱਪੜੇ ਪਾ ਲਏ, ਬਾਹਰੋਂ ਚਿੰਨ੍ਹ ਸਰੀਰ ਤੇ ਲਾ ਲਏ, ਬਈ ਅਸੀਂ ਬੜੇ ਜੁੜੇ ਹੋਏ ਹਾਂ ਪਰ ਅੰਦਰੋਂ ਟੁੱਟੇ ਨੇ। ਤੇ ਜਿਹੜੇ ਅੰਦਰੋਂ ਟੁੱਟੇ ਹਨ ਉਹਨਾਂ ਦਾ ਜੀਵਨ ਐਵੇਂ ਕੁੜੱਤਣ ਦੇ ਨਾਲ, ਕੁੜੱਤਣ ਮੀਨਸ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ। ਕੁੜੱਤਣ ਮੀਨਸ ਉਹਨਾਂ ਦੇ ਅੰਦਰ ਦੁਨੀਆਂ ਭਰ ਦੇ ਵਿਕਾਰ ਬਣੇ ਭਰੇ ਪਏ ਨੇ, ਉਹ ਦਿਨੇ ਰਾਤ ਹੀ ਤੜਫਦੇ ਤੇ ਵਿਲਕਦੇ ਰਹਿੰਦੇ ਨੇ। ਪਰ ਜਿਹੜੇ ਉਸ ਮਾਲਕ ਇੱਕ ਟਾਹਣੀ ਨਾਲ ਜਿਹੜਾ ਬ੍ਰਿਸ਼ ਜੁੜਿਆ ਹੈ, ਬ੍ਰਿਸ਼ ਦੇ ਨਾਲ ਫਲ ਜੁੜਿਆ ਹੈ, ਅੰਦਰੋਂ ਤੇ ਬਾਹਰੋਂ ਉਸਦੇ ਅੰਦਰ ਮਿਠਾਸ ਆ ਗਈ, ਉਸਦਾ ਸੁਹੱਪਣ ਉਹਦੀ ਸੁੰਦਰਤਾ ਨੂੰ ਵੀ ਵੇਖ ਕੇ ਮਨ ਪ੍ਰਸੰਨ ਹੁੰਦਾ ਹੈ। ਭਗਤ ਜੀ ਕੀ ਕਹਿ ਰਹੇ ਨੇ, ਸਾਕਤ ਸੰਗ ਨਾ ਕੀਜੀਐ, ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦਾ ਤੂੰ ਸੰਗ ਹੀ ਨਾ ਕਰ। ਤਿੰਨ ਸੰਗ ਸੰਗ ਨਾ ਕੀਜੈ ਨਾਨਕ, ਜਿਨ੍ਹਾਂ ਆਪਣਾ ਸੁਆਓ। ਜਿਹੜੇ ਖੁਦ ਗਰਜ ਨੇ, ਸਵਾਰਥੀ ਨੇ, ਉਹਨਾਂ ਦਾ ਸੰਗ ਨਾ ਕਰ। ਕਈ ਖੁਦ ਗਰਜ ਸਵਾਰਥੀ ਐਵੇਂ ਜਿਉਂਦੇ ਨੇ ਸਾਧ ਸੰਗਤ, ਉਹ ਖੁਦ ਨਸ਼ਾ ਕਰਦੇ ਨੇ, ਕਿਸੇ ਦੇ ਕੋਲ ਵੇਖ ਲੈਣ ਬੜੀ ਸਾਰੀ ਪੈਲੀ ਹੈ, ਬੜਾ ਸਾਰਾ ਧਨ ਹੈ, ਬਹੁਤ ਸਾਰੀ ਇਹਦੇ ਕੋਲ ਦੌਲਤ ਹੈ, ਤੇ ਪਤਾ ਕੀ ਕਰਦੇ ਨੇ, ਉਹ ਥੋੜਾ ਥੋੜਾ ਧਨ ਦੌਲਤ ਵਾਲੇ ਦੇ ਬੱਚੇ ਨੂੰ ਖਵਾਉਣ ਵਾਸਤੇ ਨਾਲ ਲਾ ਲੈਣਗੇ। ਅੱਜ ਥੋੜਾ ਜਿਹਾ ਨਸ਼ਾ ਦਿੱਤਾ, ਥੋੜੀ ਜਿਹੀ ਅਫੀਮ ਦਿੱਤੀ, ਥੋੜਾ ਜਿਹਾ ਉਹ ਨਸ਼ਾ ਦਿੱਤਾ, ਇੱਕ ਦਿਨ ਉਹਦਾ ਸੰਗ ਕਰਨ ਵਾਲਾ ਬਣ ਜਾਏਗਾ। ਜਦੋਂ ਸੰਗੀ ਬਣ ਜਾਏਗਾ, ਉਹਦੀ ਸੰਗਤ ਨੂੰ ਕਬੂਲ ਲਏਗਾ, ਉਹ ਜਿਹੜਾ ਨਸ਼ਾ ਉਹਦੇ ਹੱਡਾਂ ਦੇ ਵਿੱਚ ਰਚ ਜਾਏਗਾ, ਫਿਰ ਕੀ ਪਤਾ ਕਰੇਗਾ, ਫਿਰ ਉਹ ਆਪਣੀ ਪੈਲੀ ਵੀ ਵੇਚਣੀ ਸ਼ੁਰੂ ਕਰ ਦੇਗਾ। ਫਿਰ ਜੋ ਉਹਦੇ ਘਰ ਦੇ ਵਿੱਚ ਪਲਾਟ ਹੈ, ਧਨ ਹੈ, ਉਹ ਉਸਨੂੰ ਵੇਚਣਾ ਸ਼ੁਰੂ ਕਰ ਦੇਗਾ। ਜਦੋਂ ਸਾਰਾ ਕੁਝ ਵਿਖ ਗਿਆ, ਨਸ਼ਿਆਂ ਨੇ ਉਸਨੂੰ ਖਾ ਲਿਆ, ਇੱਧਰ ਨਸ਼ਿਆਂ ਦੇ ਰਾਹੀਂ ਸਾਰੀ ਧਨ ਦੌਲਤ ਜਿਹੜੀ ਜ਼ਮੀਨ ਜੋ ਕੁਝ ਵੇਖਣ ਵਿੱਚ ਆਇਆ ਵੇਚ ਦਿੱਤਾ, ਅੰਦਰੋਂ ਵੀ ਖਾਧਾ ਗਿਆ, ਬਾਹਰੋਂ ਵੀ ਖਤਮ ਹੋ ਗਿਆ, ਨਾਲ ਕਿਹਦੇ ਜੁੜਿਆ, ਮਾੜੇ ਦੇ ਨਾਲ, ਮਾੜੇ ਦੀ ਸੰਗਤ ਨੂੰ ਕਬੂਲਿਆ, ਤੇ ਉਸਨੇ ਆਟੋਮੈਟਿਕਲੀ ਆਸਤੇ ਆਸਤੇ ਆਪਣਾ ਆਪ ਸਾਰਾ ਕੁਝ ਗਵਾ ਬੈਠਾ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਉਸ ਮਤਲਬ ਖੁਦ ਗਰਜ ਦੀ ਸੰਗਤ ਨਾ ਕਰ ਜਿਹੜਾ ਤੈਨੂੰ ਇਸਤੇਮਾਲ ਕਿਤੇ ਗਲਤ ਕਰ ਲਵੇ। ਆਪਾਂ ਖੁਦ ਗਰਜਾਂ ਦੀ ਸੰਗਤ ਕਰਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਡੇਰਿਆਂ ਤੇ ਤੁਰ ਜਾਂਦੇ ਹਾਂ, ਉਹਨਾਂ ਸਾਧਾਂ ਦੇ ਮਗਰ ਤੁਰੇ ਫਿਰਦੇ ਹਾਂ, ਬਈ ਸਾਰੀ ਆ ਮਨੁੱਖ ਹੀ। ਮੈਂ ਕਿਹਾ ਜਿਹਨਾਂ ਨੇ ਬਾਹਰੋਂ ਲਿਬਾਸ ਭਗਵੇ ਕੱਪੜੇ ਪਾਏ ਨੇ, ਜਿਹਨਾਂ ਨੇ ਚਿੰਨ ਆਪਣੇ ਧਾਰਮਿਕ ਲਾਏ ਨੇ, ਉਹਨਾਂ ਦਾ ਸੰਗ ਕਰਦੇ ਹਾਂ। ਮੈਂ ਨਹੀਂ ਕਹਿੰਦਾ, ਗੁਰੂ ਕੀ ਬਾਣੀ ਸੁਣਾਉਣ ਵਾਲੇ ਦਾ ਸਤਿਕਾਰ ਕਰੋ, ਗੁਰੂ ਕੀ ਬਾਣੀ ਪੜ੍ਹ ਕੇ ਜਿਹੜਾ ਸਾਨੂੰ ਸੁਣਾਉਂਦਾ ਹੈ, ਰੱਬ ਦੇ ਨਾਲ ਜੋੜਦਾ ਹੈ, ਉਹਦਾ ਮਾਣ ਕੀਤਾ ਜਾਵੇ, ਪਰ ਉਹਨੂੰ ਰੱਬ ਨਾ ਮੰਨਿਆ ਜਾਏ, ਉਹਨੂੰ ਰੱਬ ਨਾ ਮੰਨਿਆ ਜਾਏ, ਉਹ ਰੱਬ ਨਹੀਂ ਪੈਗਾਮ। ਇੱਥੇ ਆਪਾਂ ਪਏ ਪੜ੍ਹਦੇ ਹਾਂ ਨਾ, ਜੇ ਇੱਕ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇੱਕ ਤੁਕ ਲਈਏ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲੋ। ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ, ਇਹ ਬਾਣੀ ਮੇਰੀ ਨਹੀਂ ਹੈ, ਸ਼ਬਦ ਮੇਰਾ ਨਹੀਂ, ਇਹ ਮੈਨੂੰ ਧੁਰਦਰ ਗਾਹੋਂ ਰੱਬੀ ਮੰਡਲ ਵਿੱਚੋਂ ਆਈ ਹੈ, ਪੈਗਾਮ ਆਇਆ, ਮੈਂ ਤੇ ਉਹਦਾ ਇੱਕ ਮੈਸੇਜ ਦੇਣ ਵਾਲਾ ਵਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲੋ। ਵੇ ਲਾਲੋ, ਮੈਂ ਉਵੇਂ ਹੀ ਤੈਨੂੰ ਸੁਣਾ ਰਿਹਾ ਜਿਵੇਂ ਮੇਰੇ ਧੁਰਦਰ ਗਾਹੋਂ ਮਾਲਕ ਨੇ ਬਾਣੀ ਸੁਣਾਈ ਹੈ, ਇਹ ਪੈਗਾਮ ਭੇਜਿਆ ਮੈਂ ਤੇਰੇ ਤੱਕ ਪਹੁੰਚਾ ਰਿਹਾ। ਇੱਥੇ ਕਿਹਾ ਹੀ ਨਹੀਂ ਕਿ ਮੈਂ ਸੁਣਾ ਰਿਹਾ, ਮੈਂ ਗੁਰੂ ਹਾਂ। ਧਿਆਨ ਦਿਆ ਜੀ, ਭਾਈ ਲਹਿਣਾ ਜੀ ਜਦੋਂ ਬਾਣੀ ਸੁਣਦੇ ਨੇ, ਸ਼ਬਦ ਸੁਣਦੇ ਨੇ, ਕਿਹਦੇ ਕੋਲੋਂ, ਭਾਈ ਜੋਧ ਦੇ ਕੋਲੋਂ ਜਿਹੜਾ ਜੁੜਿਆ ਹੋਇਆ, ਭਾਈ ਜੋਧ ਦੇ ਕੋਲੋਂ ਜਦੋਂ ਬਾਣੀ ਸੁਣੀ, ਕਿਸੇ ਵਿਦਵਾਨ ਨੇ ਜਪਜੀ ਸਾਹਿਬ ਦੀ ਗੱਲ ਕੀਤੀ, ਕਿਸੇ ਨੇ ਆਸਾ ਜੀ ਕੇ ਵਾਰ ਦੇ ਸ਼ਬਦ ਦੀ ਗੱਲ ਕੀਤੀ, ਗੁਰੂ ਦੀ ਬਾਣੀ ਇੱਕੋ ਹੈ। ਭਾਈ ਜੋਧ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਨੇ, ਜਦੋਂ ਬਾਣੀ ਪੜ੍ਹ ਰਹੇ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ,
ਬਾਣੀ ਤਾਂ ਗਾਵੋ ਗੁਰੂ ਕੇਰੀ, ਜਿਹੜੀ ਗੁਰੂ ਦੇ ਮੁਖ ਤੋਂ ਉਚਾਰਨ ਹੋਈ ਹੈ ਉਸ ਬਾਣੀ ਨੂੰ ਜਦੋਂ ਗਾ ਰਿਹਾ, ਪੜ੍ਹ ਰਿਹਾ, ਸੁਣ ਰਿਹਾ, ਬਾਬਾ ਲਹਿਣਾ ਜੀ ਨੇ ਉਸਨੇ ਉਹ ਬਾਣੀ ਸੁਣੀ ਤੇ ਜਦੋਂ ਬਾਣੀ ਕੰਨਾਂ ਰਾਹੀਂ ਅੰਦਰ ਗਈ ਨਾ, ਜਲਨ ਬੁੱਝੀ, ਜਲਨ ਬੁੱਝ ਗਈ, ਸ਼ੀਤਲ ਹੋਏ ਮਨਵਾ, ਮਨ ਠੰਡਾ ਸ਼ਾਂਤ ਹੋ ਗਿਆ, ਮਨ ਖਿੜਾਵ ਦੇ ਵਿੱਚ ਆ ਗਿਆ, ਮਨ ਦੇ ਅੰਦਰ ਟਿਕਾਵ ਬਣ ਗਿਆ, ਤੇ ਫਿਰ ਭਾਈ ਜੋਧ ਦੇ ਕੋਲ ਜਦੋਂ ਬਾਣੀ ਸੁਣੀ ਤੇ ਭਾਈ ਜੋਧ ਦੇ ਕੋਲ ਜਾ ਕੇ ਬਾਬਾ ਲਹਿਣਾ ਜੀ ਕੀ ਆਖਦੇ ਨੇ, ਭਾਈ ਜੋਧ ਜੀ ਇਹ ਬਾਣੀ ਕਿਸ ਦੀ ਹੈ? ਤੇ ਭਾਈ ਜੋਧ ਨੇ ਇਹ ਨਹੀਂ ਕਿਹਾ ਬਾਣੀ ਮੇਰੀ ਹੈ, ਇਹ ਕਿਹਾ ਬਾਣੀ ਬਾਬੇ ਨਾਨਕ ਦੀ ਹੈ। ਤੇ ਬਾਬਾ ਨਾਨਕ ਕਹਿੰਦਾ ਇਹ ਬਾਣੀ ਧੁਰ ਦਰਗਾਹੋਂ ਖਸਮ ਮਾਲਕ ਦੀ ਆਈ ਹੈ। ਜਦੋਂ ਕਿਹਾ ਇਹ ਬਾਣੀ ਬਾਬੇ ਨਾਨਕ ਦੀ, ਉਹਨਾਂ ਦੇ ਮੁੱਖ ਤੋਂ ਉਚਾਰਨ ਹੋਈ ਜਿਹੜੀ ਮੈਂ ਪੜ੍ਹੀ ਹੈ, ਜਿਸ ਦੇ ਨਾਲ ਸ਼ਾਂਤੀ ਮਿਲਦੀ ਹੈ, ਮਨਵਾ ਠੰਡਾ ਹੋ ਜਾਂਦਾ ਹੈ, ਮਨ ਟਿਕਾਅ ਵਿੱਚ ਆ ਜਾਂਦਾ ਹੈ, ਮਨ ਵਿਕਾਸ ਵਿੱਚ ਆ ਜਾਂਦਾ ਹੈ, ਮਨ ਖਿੜਾਵ ਵਿੱਚ ਆ ਜਾਂਦਾ ਹੈ, ਕਿਆ ਉਸਦੇ ਦੀਦਾਰ ਹੋ ਸਕਦੇ ਨੇ? ਕਿਆ ਹਾਂ, ਉਹਨਾਂ ਦੇ ਦੀਦਾਰ ਕਰਤਾਰਪੁਰ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਸਮੇਂ ਵਸ ਰਹੇ ਨੇ। ਜਦੋਂ ਬਾਬਾ ਲਹਿਣਾ ਜੀ ਨੇ ਦੀਦਾਰ ਕੀਤੇ, ਦੀਦਾਰ ਕਰਨ ਦੀ ਦੇਰ ਸੀ, ਉਹਨਾਂ ਦੇ ਹੀ ਹੋ ਕੇ ਰਹਿ ਗਏ। ਜਦੋਂ ਦੀਦਾਰ ਕੀਤੇ, ਸੇਵਾ ਤੇ ਸਿਮਰਨ ਵਿੱਚ ਰਹੇ ਤੇ ਸੇਵਾ ਸਿਮਰਨ ਕਰਕੇ ਇਹੋ ਜੀ ਸੇਵਾ ਤੇ ਇਹੋ ਜਿਹਾ ਸਿਮਰਨ ਗੁਰੂ ਨੂੰ ਰਿਝਾ ਲਿਆ, ਨਿਰਾ ਰਿਝਾਇਆ ਹੀ ਨਹੀਂ, ਗੁਰੂ ਦੀ ਜੋਤ ਉੱਥੇ ਆ ਕੇ ਟਿਕ ਗਈ ਤੇ ਆਪ ਬਾਬਾ ਲਹਿਣਾ ਜੀ ਤੋਂ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਣ ਗਏ। ਗੁਰੂ ਅੰਗਦ ਦੇਵ ਮਹਾਰਾਜ, ਹੁਣ ਮੈਂ ਗੱਲ ਕਹਿਣਾ ਕੀ ਚਾਹੁੰਦਾ ਪਿਆ, ਥੋੜਾ ਜਿਹਾ ਧਿਆਨ ਰੱਖਿਆ ਜੇ ਮੈਂ ਕਹਿ ਕੀ ਰਿਹਾ। ਜਦੋਂ ਬਾਬਾ ਅੰਗਦ ਦੇਵ, ਗੁਰੂ ਅੰਗਦ ਦੇਵ ਮਹਾਰਾਜ ਬਣ ਗਏ ਭਾਈ ਲਹਿਣਾ ਜੀ ਤੋਂ, ਤੇ ਗੁਰੂ ਲਹਿਣਾ, ਕਿਆ ਲਹਿਣਾ? ਅਸਾਂ ਤੁਸਾਂ ਦਾ ਦੇਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜੋਤ ਰੱਖ ਦਿੱਤੀ, ਤੇ ਜਦੋਂ ਜੋਤ ਰੱਖੀ, ਉਸ ਜੋਤ ਨੇ ਖਡੂਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ। ਅੱਜ ਕੀ ਇਹੋ ਹੀ ਸ਼ਬਦ ਬੀਬੀ ਅਮਰੋ, ਅੰਮ੍ਰਿਤ ਵੇਲਾ ਹੋ ਗਿਆ ਏ, ਬਾਣੀ ਪੜ੍ਹ ਰਹੇ ਨੇ, ਅੰਮ੍ਰਿਤ ਵੇਲਾ ਹੋਇਆ ਏ, ਬਾਣੀ ਜਦੋਂ ਪੜ੍ਹ ਰਹੇ ਨੇ, ਤੇ ਬਾਬਾ ਅਮਰਦਾਸ ਅਜੇ ਗੁਰੂ ਧਾਰਨ ਨਹੀਂ ਕੀਤਾ, ਅਜੇ ਗੁਰੂ ਸ਼ਬਦ ਦਾ ਲੜ ਨਹੀਂ ਸੀ ਫੜਿਆ। ਜਦੋਂ ਗੁਰੂ ਸ਼ਬਦ ਕੰਨਾਂ ਦੇ ਵਿੱਚ ਆਵਾਜ਼ ਪਈ, ਸਾਰੀ ਰਾਤ ਤਲਖੀ ਦੇ ਵਿੱਚ ਨਿਕਲ ਗਈ, ਦਿਨ ਚੜ੍ਹਨ ਵਾਲਾ ਹੈ, ਪਹੁ ਫੁੱਟਣ ਵਾਲੀ ਹੈ, ਅੰਮ੍ਰਿਤ ਵੇਲਾ ਹੈ, ਤੇ ਮਿੱਠੀ ਮਿੱਠੀ ਧੁੰਨ, ਮਿੱਠੀ ਮਿੱਠੀ ਆਵਾਜ਼ ਕੰਨਾਂ ਵਿੱਚ ਪੈ ਰਹੀ ਹੈ। ਜਦੋਂ ਆਵਾਜ਼ ਪਈ, ਬੀਬੀ ਅਮਰੋ ਬਾਣੀ ਪੜ੍ਹ ਰਹੀ ਹੈ, ਕੋਲ ਨਹੀਂ ਗਏ, ਪੈਰਾਂ ਦਾ ਖੜਾਕ ਨਹੀਂ ਕੀਤਾ, ਬੜੇ ਹੀ ਵਿਸਮਾਦ ਵਿੱਚ ਸੁਣ ਰਹੇ ਨੇ, ਬਾਣੀ ਨੂੰ ਸੁਣਿਆ, ਭੋਗ ਪਿਆ। ਫਿਰ ਬੀਬੀ ਅਮਰੋ ਦੇ ਕੋਲ ਜਾ ਕੇ ਕਹਿਣ ਲੱਗੇ, ਧੀਏ ਇਹ ਬਾਣੀ ਕਿਸ ਦੀ ਹੈ? ਅਸੀਂ ਵੀ ਸ਼ਬਦ ਪੜ੍ਹਦੇ ਹਾਂ, ਆਪ ਜੀ ਦੀ ਭਤੀਜੇ ਨੌ ਲੱਗਦੀ ਹੈ ਬੀਬੀ ਅਮਰੋ, ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਹੈ, ਤੇ ਕਹਿਣ ਲੱਗੇ ਧੀਏ ਇਹ ਬਾਣੀ ਕਿਸ ਦੀ ਹੈ? ਕਿਆ ਇਹ ਬਾਬੇ ਨਾਨਕ ਦੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ? ਕਿਆ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਹੋ ਜਾਣਗੇ? ਕਹਿਣ ਲੱਗੇ ਹਾਂ, ਉਹਨਾਂ ਦੀ ਜੋਤ ਦੇ ਦੀਦਾਰ ਹੋਣਗੇ। ਇਸ ਸਮੇਂ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਵਿੱਚ ਬਾਬਾ ਨਾਨਕ ਵਸਦਾ ਹੈ। ਕਿਹਾ ਅੱਛਾ, ਦੀਦਾਰ ਕਰਾਏ ਜਾਣ? ਹਾਂ, ਹਾਲਾਂਕਿ ਆਪ ਜੀ ਦੇ ਉਹ ਕੁੜਮ ਸਨ, ਜਦੋਂ ਬੀਬੀ ਅਮਰੋ ਨੂੰ ਵਿਆਹੁਣ ਲਈ ਗਏ ਉਦੋਂ ਉਹਨਾਂ ਦੇ ਦਰਸ਼ਨ ਹੋਏ ਹੋਣਗੇ, ਉਹਨਾਂ ਦੇ ਨਾਲ ਮਿਲਣੀ ਵੀ ਹੋਈ, ਜੱਫੀਆਂ ਵੀ ਪਾਈਆਂ ਹੋਣਗੀਆਂ, ਪਰ ਉਦੋਂ ਸਿੱਖ ਬਣ ਕੇ ਨਹੀਂ ਸੀ ਗਏ। ਜਦੋਂ ਕੋਈ ਸਿਖਾਉਣ ਲਈ ਜਾਂਦਾ ਹੈ ਨਾ, ਉਦੋਂ ਕੋਈ ਸਿੱਖ ਕੇ ਨਹੀਂ ਆਉਂਦਾ, ਜਦੋਂ ਸਿੱਖਣ ਲਈ ਜਾਂਦਾ ਹੈ ਉਦੋਂ ਸਿੱਖਿਆ ਗ੍ਰਹਿਣ ਕਰਕੇ ਆਉਂਦਾ ਹੈ, ਉਦੋਂ ਸਿੱਖ ਬਣ ਕੇ ਗਏ। ਤੇ ਜਦੋਂ ਸਿੱਖ ਬਣ ਕੇ ਗਏ, ਬਾਬਾ ਅਮਰਦਾਸ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਿੰਘਾਸਣ ਤੋਂ ਉੱਠ ਕੇ ਜਦੋਂ ਗੱਲ ਵਕੜੀ ਵਿੱਚ ਲੈਣ ਲੱਗੇ, ਕਹਿਣ ਲੱਗੇ ਦੀਨ ਦੁਨੀਆਂ ਦੇ ਮਾਲਕ, ਜਦੋਂ ਸਤਿਕਾਰ ਕੁੜਮਾਂ ਵਾਲਾ ਦੇਣ ਲੱਗੇ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਦਾਤਿਆ, ਅੱਜ ਮੈਂ ਤੇਰੇ ਦਰ ਦਾ ਸਿੱਖ ਬਣ ਕੇ ਆਇਆ, ਮੈਂ ਕੁਝ ਸਿੱਖਣ ਲਈ ਆਇਆ, ਮੈਨੂੰ ਸਿੱਖਿਆ ਦਿੱਤੀ ਜਾਵੇ। ਤੇ ਸਿੱਖ ਕੀ ਹੈ? ਸਿੱਖ ਦੀ ਪਰਿਭਾਸ਼ਾ ਕੀ ਹੈ? ਸਿੱਖੀ, ਸਿੱਖਿਆ।
ਸਿੱਖੀ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਲੈ ਲਵੇ ਤੇ ਜਿਹੜਾ ਗੁਰੂ ਦੀ ਸਿੱਖਿਆ ਲੈ ਲੈਂਦਾ ਉਹ ਗੁਰੂ ਦਾ ਹੀ ਰੂਪ ਹੋ ਜਾਂਦਾ। ਜਦੋਂ ਸਿੱਖ ਬਣ ਕੇ ਗਏ ਤੇ ਸਿੱਖਿਆ ਲਈ ਤੇ ਸੇਵਾ ਕੀਤੀ, ਸੇਵਾ ਤੇ ਸਿਮਰਨ ਵਿੱਚ ਰਹੇ। ਸੇਵਾ ਇੱਕ ਦਿਨ ਦੀ ਨਹੀਂ, ਸੇਵਾ ਦੋ ਦਿਨ ਦੀ ਨਹੀਂ। ਆਪ ਦੀ 62 ਸਾਲ ਦੀ ਉਮਰ ਹੈ, 12 ਸਾਲ ਸੇਵਾ ਵਿੱਚ ਰਹੇ ਤੇ ਜਦੋਂ 12 ਸਾਲ ਸੇਵਾ ਕੀਤੀ ਨਾ ਇੱਕ ਸਿਰੋ ਪਾਓ ਮਿਲਦਾ ਹੈ। ਸਾਲ ਬਾਅਦ ਸਿਰੋ ਪਾਓ ਇੱਕ ਮਿਲਦਾ ਹੈ। ਸੇਵਾ ਕਰਦਿਆਂ 12 ਸਾਲ ਬਤੀਤ ਗਏ, 62 ਸਾਲ ਦੀ ਉਮਰ ਹੈ, 12 ਸਾਲ ਸੇਵਾ ਤੇ ਕਿੰਨੀ ਹੋ ਗਈ, 74 ਸਾਲ ਹੋ ਗਈ ਨਾ ਲਗਭਗ। ਹੁਣ 74 ਸਾਲ ਦੀ ਉਮਰ ਹੋ ਗਈ ਹੈ, ਇੱਧਰ ਅਮਰੂਨ ਥਾਵਾਂ ਸ਼ਬਦ ਕੰਨਾਂ ਦੇ ਵਿੱਚ ਪਿਆ ਹੈ। 12 ਸਾਲ ਗਾਗਰ ਢੁੰਦਿਆਂ ਨੂੰ ਸਮਾਂ ਹੋ ਗਿਆ ਹੈ ਤੇ ਜਦੋਂ ਅਮਰੂਨ ਥਾਵਾਂ ਕਿਹਾ ਨਾ, ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਇਸ਼ਨਾਨ ਕਰਾ ਕੇ ਬਸਤਰ ਸੁੰਦਰ ਪਵਾ ਕੇ ਗੁਰਤਾ ਗੱਦੀ ਦੇ ਦਿੱਤੀ। ਗੁਰਿਆਈ ਦੇਣ ਤੋਂ ਪਹਿਲਾਂ ਨਾਲ ਨਾਲ ਸਿੰਘਾਸਣ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਕੀ ਕਹਿੰਦੇ ਨੇ, ਇਹ ਅਮਰੂਨ ਥਾਵਾਂ ਨਹੀਂ, ਇਹ ਤੇ ਥਾਂ ਵਾਲਾ ਹੈ, ਇਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ, ਨੇ ਧਰਿਆਂ ਦੀ ਧਿਰ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਆਸਰਿਆਂ ਦਾ ਆਸਰਾ। ਜਿਵੇਂ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਬਖਸ਼ਾਂ ਦੀ ਝੜੀ ਲਾਈ ਜਾ ਰਹੇ ਨੇ, ਤਿਵੇਂ ਤਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਝੁੱਕ ਝੁੱਕ ਕੇ ਜਾ ਰਹੇ। ਧਿਆਨ ਦਿਆ ਜੇ, ਜਿਹੜੇ ਬ੍ਰਿਸ਼ ਨੂੰ ਬਹੁਤੇ ਸਾਰੇ ਫਲ ਲੱਗੇ ਹੋਣ ਨਾ, ਉਹਨਾਂ ਨੂੰ ਥੱਲੋਂ ਅੜੇਸ਼ ਦੇਣੀ ਪੈਂਦੀ ਹੈ, ਉਹਨਾਂ ਦੀਆਂ ਟਾਹਣੀਆਂ ਥੱਲੇ ਨੂੰ ਆ ਜਾਂਦੀਆਂ ਨੇ। ਤੇ ਗੁਰੂ ਪਿਆਰਿਓ, ਜਿਹੜੇ ਬ੍ਰਿਸ਼ ਨੂੰ ਫਲ ਨਾ ਲੱਗੇ ਹੋਣ, ਸੱਖਣੇ ਹੋਣ, ਜਿਹੜੇ ਬ੍ਰਿਸ਼ ਦੀ ਟਾਹਣੀ ਨੂੰ ਇੱਕ ਫਲ ਨਾ ਲੱਗਾ ਹੋਵੇ, ਸੱਖਣਾ ਹੋਵੇ, ਉਹਦੀਆਂ ਟਾਹਣੀਆਂ ਉਹਨਾਂ ਨੂੰ ਜਾਂਦੀਆਂ ਨੇ। ਜਿਸ ਬ੍ਰਿਸ਼ ਦੀ ਟਾਹਣੀ ਨੂੰ ਫਲ ਲੱਗੇ ਹੋਣ, ਉਹਦੀਆਂ ਟਾਹਣੀਆਂ ਹੇਠਾਂ ਨੂੰ ਆਉਂਦੀਆਂ। ਆਪ ਚੁੱਕ ਚੁੱਕ ਕੇ ਜਾ ਰਹੇ ਨੇ। ਮੈਂ ਕਹਿਣਾ ਕੀ ਚਾਹ ਰਿਹਾ ਸੀ, ਬਾਣੀ ਸੁਣੀ ਤੇ ਬੀਬੀ ਅਮਰੋ ਦਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਤਿਕਾਰ ਜ਼ਰੂਰ ਕੀਤਾ ਹੋਵੇਗਾ, ਪਰ ਉਹਨੂੰ ਗੁਰੂ ਨਹੀਂ ਜਾਣਿਆ। ਧਿਆਨ ਦਿਆ ਜੇ, ਮੈਂ ਕਹਿਣਾ ਕੀ ਚਾਹ ਰਿਹਾ। ਭਾਈ ਜੋਧ ਦੇ ਕੋਲੋਂ ਬਾਬਾ ਲਹਿਣਾ ਜੀ ਨੇ ਬਾਣੀ ਸੁਣੀ, ਪਰ ਉਸਨੂੰ ਆਪਣਾ ਇਸ਼ਟ, ਆਪਣਾ ਮਾਲਕ ਨਹੀਂ ਜਾਣਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ। ਮੈਂ ਕਹਿਣਾ ਇਹ ਚਾਹੁੰਦਾ, ਅੱਜ ਦੇ ਆ ਸਿੱਖਾਂ ਤੂੰ ਬਾਣੀ ਸਾਧ ਕੋਲੋਂ ਸੁਣ, ਸੰਤ ਕੋਲੋਂ ਸੁਣ, ਕਿਸੇ ਗੁਰਦੁਆਰੇ ਦੇ ਭਾਈ ਸਾਹਿਬ ਦੇ ਕੋਲੋਂ ਸੁਣ, ਤੇਰਾ ਉਹ ਗੁਰੂ ਨਹੀਂ, ਗੁਰੂ ਤੇਰਾ ਸ਼ਬਦ ਹੈ, ਤੂੰ ਉਸਦਾ ਰੱਜ ਕੇ ਸਤਿਕਾਰ ਕਰ, ਗੁਰੂ ਤੇਰਾ ਗੁਰੂ ਗ੍ਰੰਥ ਸਾਹਿਬ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਪੁੱਛਿਆ ਸੀ ਨਾ ਸਿੱਧਾਂ ਨੇ, ਕਿਆ ਪਾਵਣ ਕਵਣ ਮੂਲ ਕਵਣ ਮਤ ਵੇਲਾ, ਜਦੋਂ ਪੁੱਛਿਆ ਵੀ ਹੁਣ ਜੀਵਨ ਦਾ ਮੂਲ ਕੀ ਹੈ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਸਿੱਧਾਂ ਨੇ ਪੁੱਛਿਆ ਹੁਣ ਜੀਵਨ ਦਾ ਮੂਲ ਕੀ ਹੈ, ਕਿਸ ਦੀ ਮਤ ਲੈਣ ਦਾ ਸਮਾਂ ਹੈ, ਤੂੰ ਕਿਸ ਦਾ ਚੇਲਾ ਹੈ ਤੇ ਤੇਰਾ ਗੁਰੂ ਕੌਣ ਹੈ। ਗੁਰੂ ਸਾਹਿਬ ਜੀ ਨੇ ਕਿਹਾ ਸੀ, ਪਵਣ ਆਰੰਭ ਸਤਿਗੁਰ ਮਤ ਵੇਲਾ। ਪਵਣ ਮੀਨਸ ਹਵਾ, ਜਿਹੜੀ ਸਾਡੇ ਅੰਦਰ ਚੱਲਦੀ ਹੈ, ਜਿਹਨੂੰ ਆਪਾਂ ਸਵਾਸ ਕਹਿੰਦੇ ਹਾਂ। ਕਿਆ ਇਹ ਜੀਵਨ ਦਾ ਮੂਲ ਹੈ? ਜੇ ਸਵਾਸ ਨਾ ਚੱਲ ਰਹੇ ਹੋਣ ਤੇ ਸਰੀਰ ਡੈਡ ਬੋਡੀ ਮਿੱਟੀ। ਕਿਆ ਪਵਣ ਮੂਲ ਪਵਣ ਆਰੰਭ, ਕਿਆ ਸਤਿਗੁਰ ਮਤ ਵੇਲਾ, ਸਤਿਗੁਰੂ ਸੱਚੇ ਸਤਿਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਹੈ। ਇੱਥੇ ਝੂਠਿਆਂ ਦੀ ਗੱਲ ਨਹੀਂ, ਕਿਆ ਸੱਚੇ ਸਤਿਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਹੈ। ਪਵਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਕਿਆ ਸੁਰਤ ਧੁਨ ਚੇਲਾ, ਅੱਜ ਮੇਰਾ ਗੁਰੂ ਕੌਣ ਹੈ? ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਸ਼ਬਦ ਕਿਹਦੇ ਨਾਲ ਲਾਇਆ? ਇਹ ਟਾਈਟਲ ਕਿਹਦੇ ਨਾਲ ਲਾਇਆ? ਸ਼ਬਦ ਦੇ ਨਾਲ ਲਾਇਆ। ਤੇ ਅੱਜ ਅਸੀਂ ਤਨ ਦੇ ਨਾਲ ਇਹ ਟਾਈਟਲ ਲਾ ਰਹੇ ਹਾਂ, ਅਸੀਂ ਤਨ ਨੂੰ ਗੁਰੂ ਕਹਿ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸ਼ਬਦ ਨੂੰ ਗੁਰੂ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਲੀਅਰ ਕਰਦੇ ਹਾਂ, ਚੌਕਣ ਮੁੱਲ ਅੜਾਇਆ ਬਹਿ ਚੌਕੇ ਪਾਇਆ, ਸਿੱਖਾ ਤਨ ਚੜਾਈਆ ਗੁਰ ਬ੍ਰਾਹਮਣ ਥੀਆ। ਮੈਂ ਆਪਣੇ ਕੋਲੋਂ ਇੱਕ ਗੱਲ ਨਹੀਂ ਕਹਿਣੀ, ਗੁਰੂ ਸ਼ਬਦ ਕੀ ਕਹਿ ਰਿਹਾ? ਚੌਕਣ ਮੁੱਲ ਅਣਾਇਆ, 4 ਕੌਡੀਆਂ ਦਾ ਧਾਗੇ ਲੈ ਕੇ
आया कौन प्रोत हरदयाल चौकड़ मुल अनाया बह चौके पाया चौके दे विच बिठा दिता गया धन गुरु नानक साहब महाराज जी कहिंदे ने मेरे नाल भी वरत्या जे चौकण मुल अनाया बह चौके पाया सिखा कन चढ़ाइया सिखा मन सिखिया सिखिया मेरे कन दे विच ए देन लगे सिखा कन चढ़ाइया गुर ब्राह्मण थिया अज तो तेरा गुरु कौन है ब्राह्मण है सिखा कन चढ़ाइया गुर ब्राह्मण थिया ए आसा जी की वार दा शब्द है आपां आसा जी दी वार रोज सुनने आ सिखा कन चढ़ाइया गुर ब्राह्मण थिया जदों किया भी अज तो तेरा गुरु ब्राह्मण है ते मैं किया जे मेरा अज तो गुरु ब्राह्मण है जा ए तिल जेड़ा मेरे गल तुसी जनेऊ पा रहे हो ओ मुआ ओ झड़ पया वे तगा गया जेड़े गुरु नू जिन्नू तुसी कहिंदे हो मेरा गुरु ब्राह्मण है जे मर गया ते फिर मैं निगुरा हो जाऊंगा जे ए जनेऊ जेड़ा मेरे गल विच पा रहे हो ए सड़ गया ए टुट गया ए गल गया ते मैं फिर बिना जनेऊ तो जावांगा ओ मुआ ओ झड़ पया वे तगा गया ते ए क्या मेरे पातशाह ने कहा भी मैं तो ओ जनेऊ पाउणा है केड़ा दया कपा दया दी कपा होवे संतोख दा सूत्र होवे जत दियां गंढां ते सत दा वट चढ़िया होवे ए जनेऊ जी का जी मीन्स मेरी जिंद नूं मेरी आत्मा नूं पा दे ए तन ते जिहड़े जनेऊ पाया होवेगा ए ते सड़ जाएगा ए गल जाएगा ते जिन्नू तू मेरा गुरु कह रहा है ये मर जाएगा ते फिर मैं गुरु किन्नू बनावांगा आपां कल साहिब श्री गुरु ग्रंथ साहिब महाराज दा पहला प्रकाश पुरब मना के हटिया सारी जिंदगी रहिंदियां तक जिन्ने साडे सवास रहणे ने असी गुरु ग्रंथ साहिब महाराज दा जुगो जुग अटल धन गुरु ग्रंथ साहिब महाराज दा प्रकाश पुरब ते मनाउंदे रहांगे पर ज्योति जोत पुरब नहीं आवेगा सानू ओ गुरु दे लड़ लाया सानू उस गुरु दा पल्ला फड़ाया असी उस गुरु दा पल्ला छड़ के असी व्यक्तियां दे पल्ले फड़ी फिरदे आ धन साहिब श्री गुरु नानक देव महाराज दी मैं गल शुरू कीती सी मैं फिर एक वारी गल तुहाडा उस पासे ध्यान लै जावां भाई जोध दे कोलों बाबा लहणा जी ने बाणी सुनी धन गुरु नानक देव महाराज दे कोल आ गए बाबा जोध जी दा सत्कार भाई लहणा जी ने कीता होवेगा गुरु अंगद बन के पर अपना मालक नहीं मन लिया गुरु नानक नू गुरु मन्निया गुरु नानक साहिब महाराज दे आपा गुरु अंगद देव महाराज की गल करिए बाबा अमरदास जी ने जदों बीबी अमरो दे कोलों बाणी सुनी ते गुरु अंगद देव महाराज दे कोल आ गए सेवा ते सिमरन बन लै करके सेवा ते सिमरन दे नाल धन धन गुरु अमरदास बन गए भले अमरदास गुण तेरे तेरी उपमा तो ही बने आवे एक मैं निका जा होर नुकता कह के अगे चला गुरु नानक साहिब महाराज जदों आप बेदी ने समा आया ते ए जेड़ी गुरता गद्दी सी ए गुरियाई धन साहिब श्री गुरु अंगद देव महाराज जी त्रेण कुल दे ने त्रेण कुल विच चले गए बहुता विस्थार ना करा ए गुरियाई गुरता गद्दी समा आया ते त्रेण कुल विच ना रही समा पिया ते भल्लिया दे कुल विच चले गई जिन्हां नूं आपां कहिंदे आ भल्ले अमरदास गुण तेरे तेरी उपमा तोहे बणिया वै अज गुरता गद्दी गुरु अर्जन साहब महाराज का पुरब है ये गुरता गद्दी जदों त्रिहणा दे कोल भी समा ना लगा के भी असी होर गद्दियां ला के बह जाइए क्यों कि ये भल्लिया दे कोल चले गए भल्लिया दे कोल भी समा ना आया क्योंकि ये गद्दी जेड़ी सी ये सोढ़ियां दे कोल चले गए जिसनों आपां पढ़दे आ ना रूप दिखावन वारो वारी चली पीढ़ी सोडियां ए जदों गुरता गद्दी धन गुरु रामदास महाराज कोल आउंदी है ते इत्थे धन गुरु अमरदास महाराज जी क्लीयर कर देंदे ने भी आउण वाला समा होवेगा जदों लोक कच्ची बाणी भी उचारण करनगे इत्थे सतगुरु जी क्लीयर कर देंदे ने आवो सिख सतगुर के प्यारियो गावो सच्ची बाणी बाणी तां गावो गुरु केरी बाणियां सिर बाणी जिनको नदर कर्म होवै हिरदय तिना समाणी पीवो अमृत सदा रहो हर रंग जप्यो सारंग पाणी कहे नानक सदा गावो ए सच्ची बाणी क्लियर कर दिता
ਅਗਲੀ ਤੁਕ ਵਿੱਚ ਨਾਲੇ ਇਹ ਵੀ ਕਹਿ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕਲੀਅਰ ਹੋ ਗਿਆ। ਹੁਣ ਗੁਰੂ ਰਾਮਦਾਸ ਮਹਾਰਾਜ ਜੀ, ਇਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਜੋ ਆਪਾਂ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ। ਗੁਰੂ ਰਾਮਦਾਸ ਮਹਾਰਾਜ ਦੇ ਕੋਲ ਗੁਰਿਆਈ ਆਈ ਹੈ ਤੇ ਉਹਨਾਂ ਨੇ ਮੋਹਰ ਲਾ ਦਿੱਤੀ ਬਾਣੀ ਗੁਰੂ। ਵੇਖੋ ਪਹਿਲੇ ਪਾਤਸ਼ਾਹ ਕੀ ਕਹਿੰਦੇ ਨੇ, ਪਹਿਲੇ ਪਾਤਸ਼ਾਹ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਸਿੱਧਾਂ ਨੂੰ, ਪਾਵਣ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧਨ ਚੇਲਾ। ਹੁਣ ਸਤਿਗੁਰੂ ਸਾਨੂੰ ਸਾਰੇ ਹੀ ਸੰਬੋਧਨ ਕਰਦੇ ਆਉਂਦੇ ਨੇ, ਸਰੀਰ ਗੁਰੂ ਨਹੀਂ ਹੈ, ਗੁਰੂ ਸ਼ਬਦ ਜੇ। ਤੇ ਜੇ ਕੋਈ ਅੱਜ ਸਵਾਲ ਕਰਦੇ, ਮੈਂ ਨਿੱਕਾ ਜਿਹਾ ਐਗਜ਼ਾਮਪਲ ਦੇਵਾਂ, ਕਿਸੇ ਕੰਧ ਦੇ ਉੱਤੇ ਲਿਖਣ ਤੋਂ ਮਨਾ ਕਰਨਾ ਹੋਵੇ ਤੇ ਜਿਹੜਾ ਮਨਾ ਕਰਨ ਵਾਲਾ ਇਹਨਾਂ ਕੰਧ ਉੱਤੇ ਪਹਿਲਾਂ ਆਪ ਲਿਖੇਗਾ ਵੀ ਇੱਥੇ ਲਿਖਣਾ ਮਨਾ ਹੈ, ਠੀਕ ਹੈ ਜੀ। ਤੇ ਜੇ ਕੋਈ ਸਵਾਲੀਆ ਸਵਾਲ ਕਰੇ ਵੀ ਤੂੰ ਕਹਿੰਦਾ ਵੀ ਇੱਥੇ ਲਿਖਣਾ ਮਨਾ ਹੈ ਤੇ ਆਪ ਕਿਉਂ ਲਿਖਿਆ, ਉਹ ਕਹੇਗਾ ਮੈਂ ਦੱਸਣ ਦੇ ਲਈ ਲਿਖਿਆ ਹੈ ਵੀ ਇੱਥੇ ਤੁਸੀਂ ਨਾ ਲਿਖਿਆ ਜੇ, ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸਰੀਰ ਦੇ ਵਿੱਚ ਆਪ ਆਏ ਨੇ। ਉਹ ਲੋਕੋ ਉਹ ਰੱਬ ਨੂੰ ਮੰਨਿਆ ਜੇ, ਸ਼ਬਦ ਨੂੰ ਮੰਨਿਆ ਜੇ, ਸਰੀਰਾਂ ਨੂੰ ਨਾ ਮੰਨਿਆ ਜੇ, ਸਰੀਰ ਗੁਰੂ ਨਹੀਂ। ਗੁਰੂ ਸਾਹਿਬ ਜੀ ਨੇ ਆਪ ਕਿਹਾ। ਹੁਣ ਭੱਟ ਜੀ ਇਹ ਗੱਲ ਕਲੀਅਰ ਕਰਕੇ ਕਹਿੰਦੇ ਨੇ ਜੋਤ ਰੂਪ ਹਰ ਆਪ, ਜੋਤ ਰੂਪ ਹਰ ਮੀਨਸ ਪ੍ਰਮਾਤਮਾ ਵਾਹਿਗੁਰੂ, ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਉਹ ਰੱਬ ਆਪ ਆਇਆ ਹੈ ਇਸ ਸਰੀਰ ਦੇ ਵਿੱਚ, ਕੀ ਨਾਨਕ ਨਾਮ ਉਹਨੇ ਰਖਾਇਆ ਹੈ ਤੇ ਨਾਨਕ ਨਾਮ ਰਖਾ ਕੇ ਰੱਬ ਨੇ ਆਪ ਆ ਕੇ ਆਖਿਆ ਹੈ ਉਹ ਵਿਅਕਤੀ ਨੂੰ ਨਾ ਮੰਨੋ, ਸ਼ਕਤੀ ਨੂੰ ਮੰਨੋ, ਰੱਬ ਨੂੰ ਮੰਨੋ, ਪਰਮਾਤਮਾ, ਉਹ ਪਰਮਾਤਮਾ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਸੰਚਾਲਕ ਹੈ, ਜਿਸ ਨੂੰ ਰੋਜ਼ ਪੜ੍ਹਦਾ ਹੈ ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ ਜਿੱਤ ਬਹਿ ਸਰਬ ਸੰਭਾਲੈ, ਉਹ ਤੇਰਾ ਦਰ ਕਿਹੋ ਜਿਹਾ, ਤੇਰਾ ਘਰ ਕਿਹੋ ਜਿਹਾ, ਜਿੱਥੇ ਬਹਿ ਕੇ ਤੂੰ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ। ਉਸ ਸ਼ਬਦ ਨੂੰ ਮੰਨੋ, ਉਹਦਾ ਆਕਾਰ ਨਹੀਂ ਹੈ, ਉਹ ਨਿਰਾਕਾਰ ਹੈ। ਹੁਣ ਇੱਥੇ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਲੀਅਰ ਕਰਕੇ ਇਹ ਸ਼ਬਦ ਕਹਿ ਦਿੱਤਾ ਬਾਣੀ ਗੁਰੂ। ਅਸੀਂ ਪੜ੍ਹਦੇ ਹਾਂ ਨਾ, ਫਿਰ ਅਸੀਂ ਜਾ ਕੇ ਸਾਧਾਂ ਦੇ ਚੱਕਰ ਜਾਂ ਚ ਕਿਉਂ ਫਸਦੇ ਹਾਂ, ਫਿਰ ਜਾ ਕੇ ਉਹਨਾਂ ਦੇ ਖਰੌਣੇ ਕਿਉਂ ਦਬਾਉਂਦੇ ਹਾਂ, ਉਹਨਾਂ ਦੇ ਪੈਰਾਂ ਵਿੱਚ ਕਿਉਂ ਬੈਠੇ ਹੁੰਦੇ ਹਾਂ, ਫਿਰ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਉਹਨਾਂ ਦੀ ਚੁੰਗਲ ਵਿੱਚ ਪਾ ਕੇ ਪੈ ਕੇ ਆਪਣੀਆਂ ਪੱਤਾਂ ਇੱਜ਼ਤਾਂ ਤੇ ਧਨ ਦੌਲਤ ਕਿਉਂ ਲੁਟਾਉਂਦੇ ਹਾਂ। ਇੱਥੇ ਗੁਰੂ ਸਾਹਿਬ ਜੀ ਕਿਵੇਂ ਬਚਨ ਕਹਿ ਦਿੱਤੇ ਬਾਣੀ ਗੁਰੂ, ਗੁਰੂ ਹੈ ਬਾਣੀ, ਕਿਆ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਿਆ ਮੇਰੇ ਪਾਤਸ਼ਾਹ ਨੇ ਕਿਹਾ ਤੇਰੀ ਯਕੀਨਨ ਬੰਦ ਖਲਾਸੀ ਹੋ ਜਾਏਗੀ ਜਦੋਂ ਗੁਰੂ ਸ਼ਬਦ ਨੂੰ ਗੁਰੂ ਕਰਕੇ ਮੰਨ ਲਏਗਾ, ਜਦੋਂ ਤੇਰਾ ਇਹਦੇ ਉੱਤੇ ਵਿਸ਼ਵਾਸ ਬਣ ਜਾਏਗਾ, ਤੇਰਾ ਭਰੋਸਾ ਬਣ ਜਾਏਗਾ ਸ਼ਬਦ ਗੁਰੂ, ਜਦੋਂ ਸ਼ਬਦ ਨੂੰ ਗੁਰੂ ਕਹੇਗਾ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਤੇਰਾ ਅੰਧਕਾਰ ਮਿਟ ਜਾਏਗਾ, ਤੇਰਾ ਨਿਰੰਕਾਰ ਦੇ ਨਾਲ ਮਿਲਾਪ ਹੋ ਜਾਏਗਾ। ਸਤਿਗੁਰ ਸ਼ਬਦ, ਫਿਰ ਕਲੀਅਰ ਕਰਾਂ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਸਤਿਗੁਰੂ ਨੂੰ ਤੂੰ ਸ਼ਬਦ ਗੁਰੂ ਨੂੰ ਗੁਰੂ ਕਰਕੇ ਮੰਨੇਗਾ, ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ, ਤੇਰੇ ਅੰਦਰ ਪ੍ਰਕਾਸ਼ ਹੋ ਜਾਵੇਗਾ। ਮੈਂ ਕਹਿ ਕੀ ਰਿਹਾ ਸੀ, ਗੁਰੂ ਰਾਮਦਾਸ ਜੀ ਨੇ ਕਲੀਅਰ ਕਰ ਦਿੱਤਾ ਕਿ ਸਿੱਖ ਦਾ ਗੁਰੂ ਗੁਰੂ ਦੀ ਬਾਣੀ ਹੈ। ਹੁਣ ਜਦੋਂ ਗੁਰਿਆਈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਉਂਦੀ ਹੈ, ਕਿਉਂਕਿ ਹੁਣ ਸੋਢੀਆਂ ਦੇ ਕੋਲ ਇਹ ਗੁਰਿਆਈ ਰਹਿ ਗਈ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ, ਹੁਣ ਵਾਰੋ ਵਾਰੀ ਰੂਪ ਦਿਖਾਉਣ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਮਿਲਦੀ ਹੈ। ਇੱਧਰ ਪ੍ਰਿਥੀ ਚੰਦ ਹੱਕ ਜਮਾਉਂਦਾ ਹੈ ਮੇਰਾ ਮੈਂ ਗੁਰੂ ਹਾਂ, ਕਿਉਂਕਿ ਲੋਕਾਂ ਨੂੰ ਭੁਲੇਖਾ ਪੈ ਗਿਆ, ਪਹਿਲਾਂ ਤੇ ਭੁਲੇਖਾ ਨਹੀਂ ਸੀ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਗੁਰਤਾ ਗੱਦੀ ਤ੍ਰੇਣਾ ਕੁੱਲ ਤ੍ਰੇਹਣ ਕੁੱਲ ਵਿੱਚ ਆ ਗਈ, ਤ੍ਰੇਹਣ ਕੁੱਲ ਵਿੱਚੋਂ ਅਮਰਦਾਸ ਭੱਲਿਆਂ ਦੇ ਕੋਲ ਆਈ, ਭੱਲਿਆਂ ਕੋਲ ਹੁਣ ਸੋਢੀਆਂ ਦੇ ਕੋਲ ਆਈ ਹੈ, ਤੇ ਸੋਢੀਆਂ ਕੋਲ ਗੁਰਤਾ ਗੱਦੀ ਰਹਿਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਗੁਰਿਆਈ ਮਿਲੀ ਤੇ ਉਦੋਂ ਇਹ ਇੱਕ ਆਮ ਭੁਲੇਖਾ ਪੈ ਗਿਆ, ਗੁਰਿਆਈ ਆਮ ਜਿਹੜੇ ਭੋਲੇ ਭਾਲੇ ਸਿੱਖ ਸਨ, ਪ੍ਰਿਥੀ ਚੰਦ ਨੇ ਉਹਨਾਂ ਨੂੰ ਵਰਗਲਾ ਲਿਆ, ਆਪਣੇ ਪਾਸੇ ਲਾ ਲਿਆ ਕਿ ਮੈਂ ਗੁਰੂ ਆ। ਵੱਡਾ ਹੁੰਦਾ ਹੈ ਜਿਹੜਾ ਘਰ ਦਾ ਮੁਖ ਤਿਆਰੇ ਆਮ ਹੋਵੇ,
ਉਹ ਵੱਡੇ ਨੂੰ ਵੇਖੋ ਜਦੋਂ ਪਿਤਾ ਚਲੇ ਜਾਏ ਤੇ ਪੱਗ ਵੱਡੇ ਨੂੰ ਲੋਕੀ ਬਣਾਉਂਦੇ ਨੇ ਨਾ, ਵੱਡੇ ਨੂੰ ਪਗੜੀ ਦਿੰਦੇ ਨੇ ਨਾ, ਜ਼ਿੰਮੇਵਾਰੀ ਉਹਦੇ ਸਿਰ ਤੇ ਹੁੰਦੀ ਹੈ। ਉਹਨੇ ਵਰਗਲਾ ਲਿਆ ਲੋਕਾਂ ਨੂੰ, ਇਹ ਆਪਣੇ ਪਾਸੇ ਲਾ ਲਿਆ ਕਿ ਗੁਰੂ ਮੈਂ ਹਾਂ। ਹੁਣ ਉਹਦਾ ਪੁੱਤਰ ਮਿਹਰਬਾਨ ਹੈ, ਮਿਹਰਬਾਨ ਬਾਣੀ ਉਚਾਰਨ ਲੱਗ ਪਿਆ। ਬਾਣੀ ਕੀ ਇੱਕ ਕਵਿਤਾ ਰੂਪ ਦੇ ਵਿੱਚ, ਹੁਣ ਮਿਹਰਬਾਨ ਨੇ ਜਦੋਂ ਬਾਣੀ ਉਚਾਰਨ ਕੀਤੀ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ, ਸਾਰੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ ਫੜਾ ਦਿੱਤਾ। ਹੁਣ ਮਿਹਰਬਾਨ ਕਿਉਂ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ? ਬਾਣੀ ਇਕੱਤਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਉਂ ਕਰਨੀ ਪਈ? ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਉਹਨੇ ਬਾਣੀ ਉਚਾਰਨ ਕੀਤੀ, ਉਹਨੇ ਮਹੱਲਾ ਛੇਵਾਂ ਲਾ ਦਿੱਤਾ ਤੇ ਨਾਲ ਨਾਨਕ ਨਾਮ ਛੇੜ ਦਿੱਤਾ, ਨਾਨਕ ਨਾਮ ਨਾਲ ਲਾ ਦਿੱਤਾ। ਕਿਆ ਮੇਰਾ ਪਿਤਾ ਜਿਹੜਾ ਹੈ ਮਹੱਲਾ ਛੇਵਾਂ ਭਾਵ ਛੇਵਾਂ ਗੁਰੂ, ਤੇ ਫਿਰ ਉਹਨੇ ਮਹੱਲਾ ਸੱਤਵਾਂ ਆਪਣੇ ਵਾਸਤੇ ਵਰਤਿਆ। ਧਿਆਨ ਦਿਆ ਜੇ ਸਤਸੰਗਤ, ਮਹੱਲਾ ਸੱਤਵਾਂ ਆਪਣੇ ਵਾਸਤੇ ਵਰਤ ਲਿਆ ਤੇ ਮਿਹਰਬਾਨ ਦਾ ਪੁੱਤਰ ਹੈ ਹਰਜੀ, ਤੇ ਮਹੱਲਾ ਅੱਠਵਾਂ ਉਸਨੇ ਆਪਣੇ ਵਾਸਤੇ ਵਰਤਿਆ, ਤੇ ਉਹਦਾ ਪੁੱਤਰ ਹੈ ਚਤੁਰਭੁਜ। ਚਤੁਰਭੁਜ ਨੇ ਜਿਹੜ ਫਿਰ ਅੱਗੇ ਇਹ ਪੀੜ੍ਹੀ ਇਹਨਾਂ ਦੀ ਨਹੀਂ ਚੱਲੀ। ਧਿਆਨ ਦਿਆ ਜੇ ਛੇਵਾਂ ਮਹੱਲਾ ਪ੍ਰਿਥੀ ਚੰਦ ਵਾਸਤੇ, ਸੱਤਵਾਂ ਮਹੱਲਾ ਜਿਵੇਂ ਮਹੱਲਾ ਪੰਜਵਾਂ ਆਪਾਂ ਮਹੱਲਾ ਚੌਥਾ ਵਰਤਦੇ ਹਾਂ, ਸੱਤਵਾਂ ਮਹੱਲਾ ਮਿਹਰਬਾਨ ਨੇ ਆਪਣੇ ਵਾਸਤੇ ਤੇ ਅੱਠਵਾਂ ਹਰਜੀ ਵਾਸਤੇ ਵਰਤ ਦਿੱਤਾ। ਹੁਣ ਇੱਥੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸਾਰੀ ਬਾਣੀ ਇਕੱਤਰ ਕਰਦੇ ਨੇ, ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਣੀ ਨਹੀਂ ਉਚਾਰਦੇ। ਕਿਉਂ ਨਹੀਂ ਉਚਾਰਦੇ? ਧਿਆਨ ਦਿਆ ਜੇ ਮੈਂ ਇਹਦਾ ਵੀ ਤੁਹਾਨੂੰ ਦੱਸਣਾ, ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਣੀ ਨਹੀਂ ਉਚਾਰੀ, ਸੱਤਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰਨ ਕੀਤੀ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਬਾਣੀ ਉਚਾਰਨ ਨਹੀਂ ਕੀਤੀ। ਕਾਰਨ ਇਹ ਸੀ ਕਿ ਮਿਹਰਬਾਨ ਨੇ ਛੇਵਾਂ ਅਤੇ ਸੱਤਵਾਂ ਤੇ ਅੱਠਵਾਂ ਮਹੱਲਾ ਲਾ ਦਿੱਤਾ ਸੀ, ਇਸ ਕਰਕੇ ਗੁਰੂ ਸਾਹਿਬਾਂ ਨੇ ਬਾਣੀ ਉਚਾਰਨ ਹੀ ਨਹੀਂ ਕੀਤੀ। ਕਿਸੇ ਨੂੰ ਭੁਲੇਖਾ ਲੱਗੇ ਹੀ ਨਾ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਬਾਣੀ ਉਚਾਰਨ ਹੋਈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਮਸਰ ਸਰੋਵਰ ਦੇ ਕਿਨਾਰੇ ਜਿਲਤ ਬੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਲੜ ਲੱਗ ਗਿਆ, ਮਧਾਉਣੀ ਦੀ ਮੋਹਰ ਲੱਗ ਗਈ, ਹੁਣ ਇੱਥੇ ਕੋਈ ਬਾਣੀ ਉਹਨਾਂ ਹੋਰ ਉਚਾਰਨ ਨਹੀਂ ਹੋਈ, ਨਾ ਉਚਾਰਨ ਹੋਵੇਗੀ ਨਾ ਇਹਦੇ 'ਚ ਦਖਲ ਅੰਦਾਜ਼ੀ ਕੀਤੀ ਜਾਏਗੀ ਗੁਰੂ ਅਰਜਨ ਸਾਹਿਬ ਮਹਾਰਾਜ। ਪਰ ਜਦੋਂ ਸਿੱਖਾਂ ਸੇਵਕਾਂ ਅਤੇ ਹੋਰਾਂ ਲੋਕਾਂ ਦੇ ਵਿੱਚ ਇਹ ਖਲਬਲੀ ਉੱਠਣ ਲੱਗ ਪਈ, ਗੁਰੂ ਨਾਨਕ, ਗੁਰੂ ਅੰਗਦ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਪਰ ਅੱਗੇ ਗੁਰੂ ਜੋਤ ਜੇ ਉਹੋ ਹੀ ਹੁੰਦੀ ਜਿਸ ਨੂੰ ਆਪਾਂ ਕਹਿੰਦੇ ਹਾਂ ਜੋਤ ਉਹਾ ਜੁਗਤ ਸਾਈਂ, ਸਹਿ ਕਾਇਆ ਫੇਰ ਪਲਟੀ ਹੈ, ਕਾਇਆ ਜ਼ਰੂਰ ਪਲਟੀ ਗਈ, ਜੇ ਜੋਤ ਉਹ ਹੀ ਸੀ ਤੇ ਫਿਰ ਬਾਣੀ ਕਿਉਂ ਨਹੀਂ ਉਚਾਰਨ ਹੋਈ? ਦੇਖੋ ਹੁਣ ਆਮ ਸਵਾਲ ਬਣਦਾ, ਫਿਰ ਬਾਣੀ ਕਿਉਂ ਨਹੀਂ ਆਈ? ਇੱਥੇ ਫਿਰ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਭਰਮ ਨੂੰ, ਇਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਇੱਕ ਜਾਜਾਵੰਤੀ ਰਾਗ ਹੈ, ਜਿਸ ਵਿੱਚ ਗੁਰੂ ਸਾਹਿਬ ਜੀ ਦੀ ਜਾਜਾਵੰਤੀ ਰਾਗ ਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ। ਜਦੋਂ ਅਸੀਂ ਸਲੋਕਾਂ ਦਾ ਭੋਗ ਪਾਉਂਦੇ ਹਾਂ, ਜਦੋਂ ਇਹ ਗਾਉਂਦੇ ਹਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮਿਆ ਕਾਰਥ ਕੀਨਾ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨਾ। ਆਹ ਜਦੋਂ ਸਲੋਕ ਅਸੀਂ ਗਾ ਕੇ ਪੜ੍ਹਦੇ ਹਾਂ ਤੇ ਇਹ ਜਿਹੜੀ ਬਾਣੀ ਹੈ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲੋਕਾਂ ਦਾ ਭੁਲੇਖਾ ਦੂਰ ਕਰਨ ਲਈ ਨੌਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। ਜਦੋਂ ਇਸ ਨੂੰ ਪੋਥੀ ਪਰਮੇਸ਼ਰ ਕਾ ਥਾਨ ਆਖਿਆ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਤੇ ਸੱਤਵੇਂ ਪਾਤਸ਼ਾਹ ਦੇ ਸਮੇਂ ਇਸ ਨੂੰ ਗ੍ਰੰਥ ਸਾਹਿਬ ਕਿਹਾ ਗਿਆ। ਧਿਆਨ ਦਿਆ ਜੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਇਸ ਨੂੰ ਆਪਾਂ ਕਹਿੰਦੇ ਹਾਂ ਗ੍ਰੰਥ ਸਾਹਿਬ, ਸੱਤਵੇਂ ਪਾਤਸ਼ਾਹ ਦੇ ਸਾਹਿਬ ਦੇ ਸਮੇਂ ਆਦਿ ਗ੍ਰੰਥ, ਤੇ ਜਦੋਂ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਨੂੰ ਸਾਨੂੰ ਲੜ ਲਾਇਆ ਨਾ, ਉਦੋਂ ਪਤਾ ਕੀ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਕਿਹਾ? ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ। ਆਪਾਂ ਕਦੀ ਆਪਣੇ ਗੁਰੂ ਦਾ ਗ੍ਰੰਥ ਸਾਹਿਬ ਦਾ ਨਾਮ ਹੀ ਨਹੀਂ ਪੂਰਾ ਲੈਂਦੇ। ਕਿਹਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਵੇਖੋ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ,
ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਅਤੇ ਉਹਨਾਂ ਦੀ ਸੰਤਾਨ ਬਾਬਾ ਭਾਣ ਜੀ ਗੁਰਿਆਈ ਗੁਰਤਾ ਗੱਦੀ ਦਿੰਦੇ ਆਏ। ਜਾਣ ਦਿਆ ਜੇ ਇੱਕ ਨੁਕਤਾ ਨਿਕਾ ਜਿਹਾ ਜੇ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇਣੀ ਹੈ, ਬਾਬਾ ਬੁੱਢਾ ਜੀ ਦੀ ਸੰਤਾਨ ਤੇ ਉਦੋਂ ਵੀ ਸੀ, ਪਰ ਉਦੋਂ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿ ਦਿੱਤਾ, ਬਾਬਾ ਬੁੱਢਾ ਜੀ ਮੈਂ ਹੁਣ ਤੁਹਾਡੀ ਸੰਤਾਨ ਨੂੰ ਵੀ ਪਿੱਛੇ ਕਰਦਾ ਵਾ। ਕਿਉਂ ਕਿ ਜੇ ਗੁਰੂ ਘਰ ਦੀ ਸੰਤਾਨ ਦੇ ਵਿੱਚ ਪ੍ਰਿਥੀ ਚੰਦ ਵਰਗੇ ਜੰਮ ਸਕਦੇ ਨੇ, ਤੇ ਇਹ ਨਾ ਹੋਵੇ ਕੱਲ ਨੂੰ ਬਾਬਾ ਬੁੱਢਾ ਜੀ ਤੁਹਾਡੀ ਸੰਤਾਨ ਵਿੱਚ ਵੀ ਕੋਈ ਐਵੇਂ ਜਿਹਾ ਪੈਦਾ ਹੋ ਜਾਵੇ ਜਿਹੜਾ ਗੁਰਤਾ ਗੱਦੀ ਕਿਸੇ ਨੂੰ ਦੇ ਕੇ ਤਿਲਕ ਲਾ ਕੇ ਕਵੇ ਅੱਜ ਤੋਂ ਗੁਰੂ ਆ ਜੇ। ਇਸ ਕਰਕੇ ਅੱਜ ਤੋਂ ਬਾਬਾ ਬੁੱਢਾ ਜੀ ਤੁਹਾਨੂੰ ਗੁਰੂ ਦੇ ਘਰ ਵਿੱਚ ਮਾਣ ਤੇ ਸਤਿਕਾਰ ਤੁਹਾਡਾ ਬਰਕਰਾਰ ਹੋਵੇਗਾ। ਅੱਜ ਮੈਂ ਗੁਰਿਆਈ ਜਿਹੜੀ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪ ਦੇਵਾਂਗਾ। ਕਿਉਂ ਕਿ ਸਰੀਰਾਂ ਦੇ ਵਿੱਚੋਂ ਕੱਢਣਾ ਹੈ, ਸਰੀਰਾਂ ਦੇ ਨਾਲ ਜੁੜਨਾ ਹੈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 5 ਪੈਸੇ ਤੇ ਨਾਰੀਅਲ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਤੇ ਫਿਰ ਮੱਥਾ ਟੇਕਿਆ ਤੇ ਫਿਰ ਇਹ ਕਹਿ ਦਿੱਤਾ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਕਿਆ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ, ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ ਖੋਜ ਸ਼ਬਦ ਮੈਂ ਲੇ, ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ ਸ਼ਬਦ ਗੁਰੂ ਦੀ ਖੋਜ ਕਰਿਆ ਜੇ, ਜੰਗਲਾਂ ਵਿੱਚ ਨਾ ਜਾਇਆ ਜੇ, ਪਹਾੜਾਂ ਵਿੱਚ ਨਾ ਜਾਇਆ ਜੇ, ਪਹਾੜਾਂ ਵਿੱਚੋਂ ਜੰਗਲਾਂ ਵਿੱਚੋਂ ਕੱਪੜੇ ਲਾਉਣ ਦੇ ਨਾਲ ਤਨ ਨੂੰ ਤੁਸੀਂ ਤਪਾਉਣ ਦੇ ਨਾਲ ਰੱਬ ਨਹੀਂ ਮਿਲਣਾ। ਜੇ ਰੱਬ ਮਿਲੇਗਾ ਤੇ ਗੁਰੂ ਸ਼ਬਦ ਦੇ ਵਿੱਚੋਂ ਮਿਲੇਗਾ। ਇਸ ਕਰਕੇ ਭਗਤ ਕਬੀਰ ਜੀ ਵੀ ਕੀ ਕਹਿ ਰਹੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ। ਸਾਕਤ ਮੈਂ ਪਹਿਲਾਂ ਕਿਹਾ ਉਸਨੂੰ ਕਹਿੰਦੇ ਨੇ ਅਰਬੀ ਭਾਸ਼ਾ ਦੇ ਵਿੱਚ ਜਿਹੜਾ ਡਿੱਗ ਗਿਆ ਹੋਵੇ, ਜਿਹੜਾ ਆਚਰਣਹੀਣ ਹੋਵੇ, ਕਰੈਕਟਰ ਲੈਸ ਹੋਵੇ, ਅਰਬੀ ਦੇ ਵਿੱਚ ਉਸਨੂੰ ਸਾਕਤ ਕਹਿੰਦੇ ਨੇ। ਸੰਸਕ੍ਰਿਤ ਵਿੱਚ ਇਸਨੂੰ ਸਾਕਤ ਦੀ ਕਿਹਾ, ਜਿਹੜਾ ਸ਼ਕਤੀ ਦਾ ਉਪਾਸ਼ਕ ਹੋਵੇ, ਸ਼ਕਤੀ ਦਾ, ਸ਼ਕਤੀ ਕੀ ਆ, ਧਨ ਦੌਲਤ ਮਾਇਆ, ਰੱਬ ਦਾ ਉਪਾਸ਼ਕ ਨਹੀਂ। ਅੱਜ ਕੋਈ ਸਾਡੇ ਕੋਲ ਸਾਹਮਣੇ ਲੀਡਰ ਆ ਜਾਵੇ ਅਸੀਂ ਉਹਦੇ ਮਗਰ ਮਗਰ ਤੁਰੇ ਫਿਰਨੇ ਆ, ਸ਼ਕਤੀ ਹੈ ਨਾ। ਜੇ ਕੋਈ ਸਾਨੂੰ ਧਨ ਦਾ ਲਾਲਚ ਦੇ ਦੇਵੇ, ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਕੋਈ ਕਹਿ ਦੇਵੇ ਆ ਜਾ ਤੇ ਕੇਸ ਕਤਲ ਕਰਾ ਲੈ, ਤੈਨੂੰ USA ਦਾ ਵੀਜ਼ਾ ਲਵਾ ਦਿੰਦੇ ਆ, ਸ਼ਕਤੀ ਹੈ ਨਾ ਵੀ ਉੱਥੋਂ ਧਨ ਮਿਲੇਗਾ, ਡਾਲਰ ਮਿਲਣਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖੀ ਚਲੇ ਜਾਵੇ ਤੇ ਚਲੇ ਜਾਵੇ। ਸ਼ਕਤੀ ਦਾ ਉਪਾਸ਼ਕ, ਇਹਨੂੰ ਕਹਿੰਦੇ ਸ਼ਕਤੀ ਦਾ ਉਪਾਸ਼ਕ, ਉਪਾਸ਼ਨਾ ਸ਼ਕਤੀ ਦੀ। ਮਾੜਾ ਜਿਹਾ ਲਾਲਚ ਦਿੱਤਾ ਨਹੀਂ ਤੇ ਆਪਣੇ ਗੁਰੂ ਤੋਂ ਬੇਮੁਖ ਹੋਇਆ ਨਹੀਂ, ਉਹ ਸ਼ਕਤੀ ਦਾ ਉਪਾਸ਼ਕ ਹੈ। ਉਹਨੂੰ ਕਹਿੰਦੇ ਨੇ ਸਾਕਤ, ਰੱਬ ਨਾਲ ਟੁੱਟਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਰੱਬ ਨਾਲ ਟੁੱਟੇ ਨੇ ਉਹ ਲੋਕੋ ਬੌੜੀ ਜੇ, ਉਹਨਾਂ ਦੇ ਮਗਰ ਨਾ ਜਾਇਆ ਜੇ, ਉਹਨਾਂ ਦਾ ਸੰਗ ਨਾ ਕਰਿਆ ਜੇ, ਤਿੰਨ ਸੰਗ ਨਾ ਕੀਜਈ। ਕਿਆ ਨਾਨਕ ਜਿਨ੍ਹਾਂ ਆਪਣਾ ਸਵਾਓ, ਜਿਹੜੇ ਖੁਦ ਗਰਜ ਨੇ ਮਤਲਬ ਪ੍ਰਸਤ ਨੇ, ਉਹਨਾਂ ਦਾ ਸੰਗ ਨਾ ਕਰਿਆ ਜੇ। ਕਿਆ ਦੂਰੋਂ ਜਾਈਐ ਭਾਗ, ਉਹਨਾਂ ਤੋਂ ਦੂਰ ਨਸ ਜਾ ਜੇ। ਕਿਉਂ, ਬਾਸਨ ਕਾਰੋ ਪਰਸੀਐ। ਬਾਸਨ ਕਹਿੰਦੇ ਨੇ ਬਰਤਨ ਨੂੰ, ਕਾਰੋ ਮੀਨਸ ਕਾਲਾ, ਤੇ ਜਦੋਂ ਕਾਲੇ ਭਾਂਡੇ ਕੋਈ ਬੀਬੀ ਭੈਣ ਮਾਜਰੀ ਹੋਵੇ ਨਾ, ਚੁੱਲ੍ਹੇ ਉੱਤੇ ਕਾਲੇ ਹੋ ਗਏ ਹੁਣ ਤੇ ਉਹਦੇ ਹੱਥ ਜ਼ਰੂਰ ਕਾਲੇ ਹੋ ਜਾਂਦੇ ਨੇ। ਜੇ ਕਿਤੇ ਕੱਪੜਿਆਂ ਨੂੰ ਹੱਥ ਲੱਗ ਜਾਏ ਤੇ ਉਹਦੇ ਕੱਪੜੇ ਵੀ ਕਾਲੇ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਧਨ ਦਾ ਮਾਇਆ ਦਾ ਪੁਜਾਰੀ ਬਣ ਗਿਆ ਤੇ ਇਹ ਤੇ ਕਈ ਵਾਰੀ ਪੈਸੇ ਆਪਾਂ ਆ ਚੇਂਜ ਗਿਣੀਏ ਨਾ, ਸਿੱਕੇ ਗਿਣੀਏ ਤੇ ਹੱਥ ਕਾਲੇ ਹੋ ਜਾਂਦੇ ਨੇ ਨਾ, ਇਹਨਾਂ ਦੇ ਨਾਲ ਹੱਥ ਕਾਲੇ ਹੋ ਜਾਂਦੇ ਨੇ। ਪਰ ਜਿਹੜੇ ਜਿਹੜੇ ਇਸ ਸ਼ਕਤੀ ਇਸ ਦੇ ਉਪਾਸ਼ਕ ਬਣ ਜਾਂਦੇ ਨੇ, ਰੱਬ ਨਾਲ ਟੁੱਟ ਜਾਂਦੇ ਨੇ, ਪਾਤਸ਼ਾਹ ਕਹਿੰਦੇ ਨੇ, ਕਬੀਰ ਜੀ ਕਹਿੰਦੇ ਨੇ, ਉਹਨਾਂ ਦੇ ਮਨ ਵੀ ਕਾਲੇ ਹੋ ਜਾਂਦੇ ਨੇ। ਕੀ ਕਹਿੰਦੇ ਨੇ, ਬਾਸਨ ਕਾਰੋ ਪਰਸੀਐ ਤੋ ਕਿਸ ਲਾਗੈ ਦਾਗ। ਦਾਗ ਮੀਨਸ ਕਾਲਖ ਦਾ ਦਾਗ ਲੱਗ ਜਾਏਗਾ, ਜਦੋਂ ਦਾਗ ਲੱਗ ਗਿਆ, ਧੱਬਾ ਲੱਗ ਗਿਆ, ਤਨ ਨੂੰ ਲੱਗ ਗਿਆ ਜਾਂ ਵਸਤਰਾਂ ਨੂੰ ਲੱਗ ਗਿਆ, ਇਹ ਤੇ ਧੁੱਪ ਸਕਦਾ, ਇਹ ਤੇ ਮੈਲ ਲੈ ਸਕਦੀ ਹੈ ਸਾਬਣ ਦੇ ਨਾਲ, ਪਰ ਜੇ ਤੇਰੇ ਮਨ ਨੂੰ ਲੱਗ ਗਿਆ ਨਾ, ਫਿਰ ਇਹਦੀ ਮੈਲ ਨਹੀਂ ਲੈਣੀ। ਇਹਦੀ ਮੈਲ ਲੈ ਸਕਦੀ ਹੈ, ਤੋੜ ਹੈ ਹਰ ਗੱਲ ਦਾ, ਪਰ ਜਦੋਂ ਗੁਰੂ ਸ਼ਬਦ ਦਾ ਆ ਕੇ ਆਸਰਾ ਲਏਗਾ। ਕਬੀਰ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਕਬੀਰ ਜੀ ਕਹਿੰਦੇ ਨੇ ਤੂੰ ਰੱਬ ਦਾ ਸਿਮਰਨ ਨਹੀਂ ਕੀਤਾ, ਚੇਤੇ ਵਿੱਚ ਤੇਰੇ ਉਹ ਵਾਹਿਗੁਰੂ ਚੇਤਾ ਨਹੀਂ ਆਇਆ,
ਵੇਖ ਬਚਪਨਾ ਵੀ ਚਲੇ ਗਿਆ, ਕਿਸ਼ੋਰ ਅਵਸਥਾ ਵੀ ਚਲੇ ਗਈ, ਜਵਾਨੀ ਵੀ ਚਲੇ ਗਈ, ਲਗੀ ਆਵੇ ਸਹੁਰੇ ਤੇਰੀ ਉਮਰ ਹੁਣ ਤੁਰੀ ਆਉਂਦੀ ਹੈ। ਬੱਚੀ ਮਟਿਆਰ ਜਦੋਂ ਪੇਕੇ ਘਰ ਜਨਮ ਲੈਂਦੀ ਹੈ ਨਾ ਧੀ, ਸਮਝ ਲਓ ਉਸ ਜਨਮ ਦਿਨ ਵਾਲੇ ਹੀ ਜਿੱਦਣ ਉਹਨੇ ਜਨਮ ਲਿਆ ਸਹੁਰੇ ਘਰ ਨੂੰ ਤੁਰ ਪਈ ਹੈ, ਤੁਰ ਐਵੇਂ ਪਈ ਹੈ ਵੀ ਮਾਪਿਆਂ ਨੂੰ ਵੀ ਪਤਾ, ਪਰਿਵਾਰ ਨੂੰ ਵੀ ਪਤਾ ਹੈ ਬਈ ਇਹਨੇ ਜਿੱਦਣ ਮਟਿਆਰ ਹੋਣਾ ਇਹਨੇ ਸਹੁਰੇ ਘਰ, ਆਪਾਂ ਇਹਦੇ ਹੱਥ ਪੀਲੇ ਕਰਕੇ ਇਹਨੂੰ ਤੋਰ ਦੇਣਾ ਹੈ, ਇਹ ਤੁਰ ਪਈ ਉੱਦਣ ਹੀ ਤੁਰ ਪਈ ਹੈ। ਕਿਆ ਤੇਰੀ ਉਮਰ ਜਿਹੜੀ ਘਟਦੀ ਜਾ ਰਹੀ ਹੈ, ਤੁਰ ਪਿਆ ਤੂੰ ਬੁਢੇਪੇ ਵੱਲੇ ਤੁਰ ਪਿਆ, ਜਨਮ ਲੈਂਦਿਆਂ ਹੀ ਜੇ ਕਿਸ਼ੋਰ ਅਵਸਥਾ ਵਿੱਚ ਜੇ ਜਵਾਨੀ ਦੇ ਵਿੱਚ ਮਾਲਕ ਨੂੰ ਸਿਮਰਿਆ ਨਹੀਂ ਤੇ ਹੁਣ ਤੇ ਗਿਣਤੀ ਦੇ ਰਹਿ ਗਏ ਨੇ ਦਿਨ, ਜਦੋਂ ਬੁਢੇਪਾ ਆ ਜਾਏ ਨਾ ਉਦੋਂ ਦਿਨ ਗਿਣਤੀ ਦੇ ਰਹਿ ਜਾਂਦੇ ਨੇ, ਜਦੋਂ ਸਾਰੇ ਚਿੱਠੀ ਲਿਖੀ ਜਾਏ ਨਾ ਮੁਟਿਆਰ ਦੀ ਤੇ ਉਦੋਂ ਦਿਨ ਗਿਣਤੀ ਦੇ ਰਹਿ ਜਾਂਦੇ ਨੇ, ਤੇ ਜਦੋਂ ਗਿਣਤੀ ਦੇ ਦਿਨ ਰਹਿ ਜਾਣ ਸਾਰੇ ਚਿੱਠੀ ਲਿਖੀ ਜਾਵੇ ਤੇ ਉਦੋਂ ਉਹ ਕਵੇ ਮੈਂ ਕਸੀਦਾ ਕੱਢਣਾ ਸਿੱਖ ਲਾਂ, ਉਦੋਂ ਕਵੇ ਮੈਂ ਕਾਲਜ ਵਿੱਚ ਜਾ ਕੇ ਪੜ੍ਹ ਲਾਂ, ਉਦੋਂ ਕਵੇ ਮੈਂ ਹੋਰ ਕੁਝ ਕੰਮ ਸਿੱਖ ਲਵਾਂ, ਉਦੋਂ ਤੇ ਹੁਣ ਕੁਝ ਗਿਣਤੀ ਦੇ ਦਿਨ ਰਹਿ ਗਏ ਨੇ, ਸਾਏ ਦੇ ਦਿਨ ਲਿਖੇ ਗਏ ਨੇ, ਉਦੋਂ ਕੁਝ ਨਹੀਂ ਜੀ ਹੋਣਾ। ਜਦੋਂ ਬੁਢੇਪਾ ਆ ਗਿਆ ਜਰਾ ਪਹੁੰਚਿਓ ਆਣ, ਉਦੋਂ ਤਾਂ ਫਿਰ ਕੀ ਹੋਵੇਗਾ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ਼ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਪਕਰੇ ਪੁਰਾਣੀ ਪੁਰਾਣੀ, ਹੁਣ ਕੀ ਕਰੇਗਾ, ਕਰਦਾ ਰਹਿ ਸਾਰੀ ਉਮਰ ਕਰਦਾ ਰਿਹਾ ਨਾ ਕੇਸਾਂ ਦਾ ਕਤਲ, ਸਾਰੀ ਉਮਰ ਲਾਉਂਦਾ ਰਿਹਾ ਨਾ ਕਾਲਖ, ਹੁਣ ਲਾ ਲੈ ਕਾਲਖ ਕਿੰਨੀ ਕਲਾਏਗਾ, ਹੁਣ ਕਤਲ ਕਰ ਲੈ ਕੇਸਾਂ ਦਾ ਕਿੰਨਾ ਕੁ ਕਰੇਗਾ, ਹੁਣ ਵਿਕਾਰ ਭੋਗ ਲੈ ਕਿੰਨੇ ਕੁ ਭੋਗੇਗਾ, ਹੁਣ ਤੇ ਦਿਨ ਤੇਰੇ ਗਿਣਤੀ ਦੇ ਰਹਿ ਗਏ ਨੇ। ਜਦੋਂ ਗਿਣਤੀ ਦੇ ਰਹਿ ਜਾਣਾ ਦਿਨ, ਉਦੋਂ ਧਿਆਨ ਦਿਨਾਂ ਵੱਲ ਹੀ ਹੁੰਦਾ ਹੈ, ਉਦੋਂ ਕੰਮ ਵੱਲ ਇਹ ਨਹੀਂ ਹੁੰਦਾ ਵੀ ਦਿਨ ਆਹ ਵੀ ਘੱਟ ਗਿਆ ਉਹ ਵੀ ਘੱਟ ਗਿਆ ਪੱਲਾ ਵੀ ਘੱਟ ਗਿਆ। ਭਗਤ ਜੀ ਕਹਿ ਰਹੇ ਨੇ ਕਿ ਕਬੀਰ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ, ਕਿਆ ਲਾਗੀ ਮੰਦਰ ਦੁਆਰ ਤੇ, ਦੁਆਰ ਕਹਿੰਦੇ ਨੇ ਦਰਵਾਜ਼ੇ ਨੂੰ, ਜੇ ਦਰਵਾਜ਼ੇ ਵਾਲੇ ਪਾਸਿਓ ਹੀ ਅੱਗ ਲੱਗ ਜੇ ਤੇ ਅੰਦਰੋਂ ਕੁਝ ਨਹੀਂ ਕੱਢਿਆ ਜਾਂਦਾ, ਅੰਦਰ ਸਭ ਕੁਝ ਪਿਆ ਏ, ਅੱਗ ਜੇ ਬੈਕ ਸਾਈਡ ਤੋਂ ਲੱਗੇ ਨਾ ਤੇ ਦਰਵਾਜ਼ੇ ਵਾਲੇ ਪਾਸੋਂ ਕੱਢ ਕੇ ਲੋਕੀ ਘਰ ਆਪਣਾ ਖਾਲੀ ਕਰ ਦਿੰਦੇ, ਲੱਗ ਜੇ ਅੱਗ ਘਰ ਨੂੰ, ਘਰ ਸੜ ਗਿਆ ਸਮਾਨ ਤੇ ਕੱਢ ਲਿਆ ਨਾ ਬਚਦੇ ਗਏ, ਪਰ ਜੇ ਦਰਵਾਜ਼ੇ ਵਾਲੇ ਪਾਸੋਂ ਅੱਗ ਲੱਗ ਗਈ ਫਿਰ ਕੁਝ ਨਹੀਂ ਕੱਢਿਆ ਜਾਣਾ। ਕਹਿਣ ਤੋਂ ਭਾਵ ਜਵਾਨੀ ਚਲੇ ਗਈ, ਕਿਸ਼ੋਰ ਅਵਸਥਾ ਚਲੇ ਗਈ, ਬਚਪਨਾ ਚਲੇ ਗਿਆ, ਹੁਣ ਬੁਢੇਪਾ ਆ ਗਿਆ, ਹੁਣ ਕੁਝ ਨਹੀਂ ਹੋਣਾ, ਦਰਵਾਜ਼ੇ ਵਾਲੇ ਪਾਸੋਂ ਅੱਗ ਲੱਗ ਗਈ ਹੈ। ਕਬੀਰ ਜੀ ਕੀ ਕਹਿ ਰਹੇ ਨੇ, ਲਾਗੀ ਮੰਦਰ ਦੁਆਰ ਤੇ ਅਬ ਕਿਆ ਕੱਢਿਆ ਜਾਏ, ਹੁਣ ਕੁਝ ਕੱਢਿਆ ਨਹੀਂ ਜਾਣਾ, ਹੁਣ ਕੁਝ ਬਚਿਆ ਨਹੀਂ ਹੋਣਾ, ਕੇਵਲ ਪਛਤਾਪ ਰਹਿ ਜਾਣਾ ਹੈ। ਇਸ ਕਰਕੇ ਤਾਂ ਹੀ ਸਾਨੂੰ ਰੋਜ਼ ਗੁਰੂ ਸਾਹਿਬ ਜੀ ਹਦਾਇਤ ਦਿੰਦੇ ਨੇ, ਗੁਰੋਜ ਸਾਨੂੰ ਹਲੂਣਾ ਦਿੰਦੇ ਨੇ, ਇਹ ਮਨੁੱਖ ਤੇਰਾ ਜਿਹੜਾ ਸਮਾਂ ਬੀਤਦਾ ਜਾ ਰਿਹਾ, ਆਹ ਵੇਖ ਕਿਸ਼ੋਰ ਅਵਸਥਾ ਜੋਬਨ ਅਵਸਥਾ ਤੇਰੀ ਤੁਰ ਗਈ, ਹੁਣ ਕਾਲੇ ਵੀ ਚਲੇ ਗਏ, ਹੁਣ ਚਿੱਟੇ ਵੀ ਆ ਗਏ ਨੇ, ਹੁਣ ਬੁਢੇਪਾ ਅਗਾਂ ਤੇਰਾ ਆ ਗਿਆ, ਹੁਣ ਹੀ ਤੇ ਬਾਜ ਆ ਜਾ, ਹੁਣ ਤੇ ਸਿੱਧੇ ਰਾਹ ਪੈ ਜਾ। ਸਾਨੂੰ ਰੋਜ਼ ਸਤਿਗੁਰੂ ਜੀ ਸਮਝਾਉਂਦੇ ਨੇ, ਗੁਰੂ ਕਿਰਪਾ ਕਰੇ ਕਿਤੇ ਗੁਰੂ ਦੀ ਰਮਜ ਸਮਝ ਸਾਡੇ ਪੱਲੇ ਵਿੱਚ ਪੈ ਜਾਵੇ, ਅਸੀਂ ਵਿਅਕਤੀਆਂ ਦਾ ਖਹਿੜਾ ਛੱਡ ਕੇ ਸ਼ਬਦ ਗੁਰੂ ਦਾ ਲੜ ਫੜੀਏ, ਮੇਰੀਆਂ ਭੁੱਲਾਂ ਨਾ ਸਤਾਰਦਿਆਂ ਅਸੀਸ ਦਿਆ ਜੇ, ਗੁਰੂ ਇਤਿਹਾਸ ਸ਼ਬਦ ਦੀ ਵਿਚਾਰ ਕਰਨ ਦੀ ਸੋਝੀ ਆ ਜਾਵੇ, ਰਸਨਾ ਨੂੰ ਸਫਲਾ ਬਣਾਓ ਜੀ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ,